आई मैं तेरे कोल आया। असी सारे तुसी भी ते मैं भी जो असं बीमारियों में मर रहे थे नाश हो रहे थे किसी ने सानू यीशु मसीह बारे दसिया कि यीशु बीमारा चंगा करता है और यीशु मसीह डुब्या उतारद ओदा नाम सुन के असं आए हैं इतने। हालेलुया किवे आए असं ओदा ओदा नाम सुन के प्रभु असं तेरा नाम सुन के आए हैं प्रभु तेरा नाम सुन के मैं तेरे कोल आया। तेरा नाम सुन के मैं तेरे कोल I'm not.
ਸਾਰੀ ਬਿਮਾਰੀ ਤੋਂ ਮੈਨੂੰ ਛੁਡਾਇਆ, ਤੁਹਾਨੂੰ ਬਿਮਾਰੀਆਂ ਤੋਂ ਛੁਡਾਇਆ। ਤੇ ਪਤਾ ਨਹੀਂ ਕੀ ਕੁਝ ਮੇਰੇ ਸਿਰ ਖੇਡਦਾ ਸੀ ਤੇ ਕਿੰਨੇ ਮਾੜੇ ਹਾਲ ਸੀ, ਕੋਈ ਮੇਰੇ ਕੋਲੇ ਬੈਠਣਾ ਵੀ ਚੰਗਾ ਨਹੀਂ ਸਮਝਦਾ ਸੀ। ਬੱਠਲ ਚ ਰੇਤਾ ਪਾ ਕੇ ਇੱਕ ਪਾਸੇ ਥੁੱਕਣ ਵਾਸਤੇ ਬੱਠਲ ਚ ਰੇਤਾ ਪਾ ਕੇ ਰੱਖਿਆ ਹੁੰਦਾ ਸੀ, ਤੇ ਖੰਘ ਉੱਠਦੀ, ਉਹ ਗੰਦਾ ਕਫ ਨਿਕਲਦਾ, ਸਾਹ ਉੱਠਦਾ, ਹਫ਼ਤਾ ਹਫ਼ਤਾ ਨਹਾਇਆ ਨਹੀਂ ਜਾਂਦਾ ਸੀ, ਕੋਈ ਮੇਰੇ ਕੋਲੇ ਬੈਠਣਾ ਵੀ ਚੰਗਾ ਨਹੀਂ ਸੀ ਸਮਝਦਾ। ਅੱਜ ਮੈਂ ਅੱਜ ਲੱਗ ਰਿਹਾ ਨਾ, ਇਹ ਤਾਂ ਬਣਾਇਆ ਮੈਨੂੰ ਉਹਨੇ ਦੁਬਾਰੇ, ਇਹੋ ਜਿਹਾ ਕੁਛ ਨਹੀਂ ਸੀ। ਉਹ ਕਿੱਡਾ ਮਹਾਨ ਪਰਮੇਸ਼ਵਰ ਹੈ, ਜਦੋਂ ਮੈਂ ਉਹਦਾ ਨਾਂ ਸੁਣਿਆ ਤੇ ਉਹਦਾ ਨਾਂ ਸੁਣ ਕੇ ਉਹਦੇ ਕੋਲੇ ਆਇਆ, ਉਹਨੇ ਮੈਨੂੰ ਚੰਗਾ ਕੀਤਾ। ਉਹਨੇ ਕਿਹਾ ਤੇਰੀ ਬਿਮਾਰੀ ਵਾਸਤੇ ਮੈਂ ਕੋਰੇ ਖਾਧੇ, ਤੇਰੇ ਵਾਸਤੇ ਮੈਂ ਹੱਥਾਂ 'ਚ ਕਿਲਟ ਪਵਾਏ, ਤੇਰੀ ਖਾਤਰ, ਤੇਰੀ ਜਾਨ ਦੀ ਖਾਤਰ, ਕਿ ਤੂੰ ਬਚ ਜਾਵੇਂ ਤੇ ਚੰਗਾ ਹੋ ਜਾਵੇਂ, ਸਿਰ ਤੇ ਕੰਡਿਆਂ ਦਾ ਤਾਜ ਪਵਾਇਆ, ਤੇਰੇ ਪਾਪ ਮਾਫ ਕਰਨ ਵਾਸਤੇ ਲਹੂਗਾ ਆਇਆ, ਵਿਸ਼ਵਾਸ ਕਰ ਮੈਂ ਤੈਨੂੰ ਚੰਗਾ ਕਰਨ ਵਾਲਾ ਪਰਮੇਸ਼ਵਰ। ਚੰਗਾ ਕੀਤਾ, ਸਾਹ ਉੱਠਿਆ ਰਹਿੰਦਾ ਸੀ, ਗੱਲ ਵੀ ਨਿਕਲਦੀ ਸੀ ਮੂੰਹ ਚੋਂ, ਸਾਰਾ ਬੰਦਾ ਗੱਲ ਨਹੀਂ ਨਾ ਦੱਸਦਾ, ਤੁਹਾਨੂੰ ਪਤਾ ਹੀ ਹੈ, ਉਹੀ ਆਵਾਜ਼ ਹੈ, ਕੜਕਦੀ ਹੈ ਆਵਾਜ਼, ਇੱਕ ਜੋਸ਼, ਇੱਕ ਦਇਆ, ਪ੍ਰਭੂ ਦਾ ਅਭਿਸ਼ੇਕ, ਪ੍ਰਭੂ ਦੀ ਦਇਆ, ਪ੍ਰਭੂ ਦੀ ਸਮਰਥ। ਅੱਜ ਆਪਾਂ ਦੇਖ ਰਹੇ ਹਾਂ ਸਾਰੇ, ਹਾਲੇਲੂਇਆ, ਜੋ ਕੋਈ ਉਹਦਾ ਨਾਂ ਸੁਣ ਕੇ ਆਉਂਦੇ ਹੈ ਔਰ ਵਿਸ਼ਵਾਸ ਕਰਦੇ ਹੈ, ਉਹ ਪੱਕਾ ਉਹਨਾਂ ਤੇ ਮਿਹਰਬਾਨ ਹੁੰਦਾ, ਚਾਹੇ ਉਹਨਾਂ ਦੇ ਰੁਕੇ ਕੰਮ ਹੋਣ, ਚਾਹੇ ਬਿਮਾਰੀ ਹੋਵੇ, ਉਹਨਾਂ ਦੇ ਜੀਵਨ ਵਿੱਚ ਇੱਦਾਂ ਦਾ ਕੁਛ ਵੀ ਨਹੀਂ ਰਹੂਗਾ ਜਦੋਂ ਯਿਸੂ ਉਹਨਾਂ ਦੀ ਜ਼ਿੰਦਗੀ ਵਿੱਚ ਆ ਜਾਵੇ। ਹਾਲੇਲੂਇਆ। ਰਸੂਲਾਂ ਦੇ ਕਿਤਾਬ 16 ਦੀ 22 ਆਇਤ ਤੋਂ ਅਸੀਂ ਪੜ੍ਹਾਂਗੇ। ਮੈਂ ਥੋੜ੍ਹੀ ਜਿਹੀ ਕਹਾਣੀ ਦੱਸਦਾ ਮੈਂ ਇੱਥੇ ਪੜ੍ਹਨ ਤੋਂ ਪਹਿਲਾਂ, ਸੁਣੋ ਬੜੇ ਧਿਆਨ ਦੇ ਨਾਲ, ਮੈਂ ਤੁਹਾਨੂੰ ਗੱਲ ਦੱਸਾਂ, ਜਦੋਂ ਮੈਂ ਕਿਸੇ ਨਾਲ 5-10 ਮਿੰਟ ਬੋਲ ਲੈਂਦਾ, ਗੱਲਾਂ ਕਰ ਲੈਂਦਾ, ਤਾਂ ਮੇਰੇ ਗਲੇ ਦੇ ਵਿੱਚ ਇੱਕ ਐਲਰਜੀ ਸੀ, ਮੈਨੂੰ ਛਿੱਕਾਂ ਲੱਗ ਜਾਂਦੀਆਂ ਅਤੇ ਜ਼ੁਕਾਮ ਲੱਗ ਜਾਂਦਾ, ਮੇਰਾ ਗਲਾ ਬਹਿ ਜਾਂਦਾ, ਇਹ ਵੀ ਇੱਕ ਬੜੀ ਘਾਤਕ ਬਿਮਾਰੀ ਸੀ ਮੇਰੇ ਅੰਦਰ, ਔਰ ਮੇਰੇ ਪੇਟ ਦੇ ਜ਼ਖਮ ਸੀ, ਉਹ ਸਾਲਾਂ ਤੱਕ ਡਾਕਟਰਾਂ ਤੋਂ ਠੀਕ ਨਹੀਂ ਹੋਏ, ਔਰ ਜਦੋਂ ਮੈਂ ਬੋਲਦਾ ਤੇ ਮੇਰੇ ਪੇਟ ਤੇ ਸੋਜਾ ਆ ਜਾਂਦਾ, ਕੁਛ ਵੀ ਕੰਮ ਕਰਦਾ ਬਹੁਤ ਦੁੱਖ ਉਠਾਏ ਮੈਂ, ਔਰ ਕਿਸੇ ਨਾਲ ਗੱਲਾਂ ਕਰਨ ਲੱਗੇ ਤਾਂ ਛਿੱਕਾਂ ਸ਼ੁਰੂ, 50-50 ਛਿੱਕਾਂ ਇੱਕੇ ਦਮ, ਔਰ ਛਿੱਕਾਂ 'ਚ ਪਾਗਲ ਹੋ ਜਾਂਦਾ। ਦੇਖੋ ਕਿੱਡਾ ਮਹਾਨ ਪਰਮੇਸ਼ਵਰ ਏ, ਗਲਾ ਦੁਬਾਰੇ ਬਣਾਇਆ, ਸਿੰਗਰ ਬਣਾਇਆ, ਪ੍ਰਚਾਰਕ ਬਣਾਤਾ ਮੈਨੂੰ, ਔਰ ਮੈਂ ਆਪਣੇ ਆਪ ਨੂੰ ਖੁਦ ਹੀ ਦੇਖ ਕੇ ਹੈਰਾਨ ਹੋ ਜਾਂਦਾ, ਜੀਵਨ ਮੈਂ ਉਹੀ ਹਾਂ, ਕਿੰਨਾ ਸਾਨੂੰ ਬਦਲ ਦਿੰਦਾ ਸਾਨੂੰ ਪਰਮੇਸ਼ਵਰ। ਹਾਲੇਲੂਇਆ, ਕਿੱਡਾ ਮਹਾਨ ਪਰਮੇਸ਼ਵਰ, ਉਹ ਅੱਜ ਤੁਹਾਡੀਆਂ ਜ਼ਿੰਦਗੀਆਂ ਵਿੱਚ ਵੀ ਵੱਡੇ ਕੰਮ ਕਰਨਾ ਚਾਹੁੰਦਾ। ਹਾਂਜੀ, ਇੱਥੇ ਕਹਾਣੀ ਇਹ ਹੈ, ਪ੍ਰਭੂ ਯਿਸੂ ਮਸੀਹ ਦੇ ਦੋ ਸੇਵਕ ਪੌਲਸ ਅਤੇ ਸਿਲਾਸ, ਸੋ ਇੱਥੇ ਲੈ ਨਿਯਮ ਦੇ ਵਿੱਚ ਪਰਮੇਸ਼ਵਰ ਦੇ ਦੋ ਦਾਸ ਪੌਲਸ ਅਤੇ ਸਿਲਾਸ, ਸਾਰੇ ਮੇਰੇ ਵੱਲ ਦੇਖੋ, ਹਾਂ ਬਾਬੂ ਸਮਝ ਆ ਰਹੀ ਹੈ ਬੇਟਾ, ਪੌਲਸ ਅਤੇ ਸਿਲਾਸ ਪ੍ਰਭੂ ਦੇ ਦੋ ਅੱਛੇ ਇਮਾਨਦਾਰ ਦਾਸ, ਪਾਸਟਰ ਮੇਰੇ ਦੀ ਤਰ੍ਹਾਂ ਪਾਸਟਰ, ਜਦੋਂ ਯਿਸੂ ਮਸੀਹ ਸਵਰਗ ਤੇ ਉਠਾ ਲਿਆ ਗਿਆ, ਚੇਲਿਆਂ ਨੇ ਉਹਦੇ ਕੰਮ ਨੂੰ ਅੱਗੇ ਵਧਾਇਆ, ਆਪਾਂ ਵੀ ਅੱਜ ਉਹਦੇ ਕੰਮ ਨੂੰ ਅੱਗੇ ਵਧਾ ਰਹੇ ਹਾਂ, ਤੁਸੀਂ ਵੀ ਕਿਸੇ ਨੂੰ ਗਵਾਹੀ ਦੇ ਕੇ ਇੱਥੇ ਲੈ ਕੇ ਆਉਂਦੇ ਹੋ, ਤੁਸੀਂ ਵੀ ਪਰਮੇਸ਼ਵਰ ਦੇ ਕੰਮ ਨੂੰ ਅੱਗੇ ਵਧਾ ਰਹੇ ਹੋ, ਆਪਾਂ ਸਾਰੇ ਮਿਲ ਕੇ ਪਰਮੇਸ਼ਵਰ ਦੇ ਕੰਮ ਨੂੰ ਅੱਗੇ ਵਧਾ ਰਹੇ ਹਾਂ। ਸੋ ਪੌਲਸ ਅਤੇ ਸਿਲਾਸ ਪਰਮੇਸ਼ਵਰ ਦਾ ਪ੍ਰਚਾਰ ਕਰ ਰਹੇ ਸੀ, ਉਸ ਸ਼ਹਿਰ ਦੇ ਵਿੱਚ ਇੱਕ ਔਰਤ ਸੀ ਜੋ ਪੁੱਛਾਂ ਕੱਢਦੀ ਸੀ, ਕਿ ਟੇਲੇ ਲਾ ਕੇ ਪੁੱਛਾਂ ਕੱਢਦੀ ਅਤੇ ਕਣਸ਼ਵਾ ਕੇ ਲੋਕ ਆਉਂਦੇ ਪੁੱਛਾਂ ਕੱਢਦੀ, ਉਹਦੇ ਨਾਲ ਉਸ ਘਰਦਿਆਂ ਦਾ ਗੁਜ਼ਾਰਾ ਬੜਾ ਵਧੀਆ ਚੱਲ ਰਿਹਾ ਸੀ। ਜਦੋਂ ਪੌਲਸ ਤੇ ਸਿਲਾਸ ਉਸ ਏਰੀਆ ਵਿੱਚ ਆਏ ਤੇ ਉਹਨਾਂ ਦੀ ਪ੍ਰਾਰਥਨਾ ਦੇ ਨਾਲ, ਉਹ ਜਦੋਂ ਪੌਲਸ ਤੇ ਸਿਲਾਸ ਨਾਲ ਸਾਹਮਣਾ, ਉਸ ਔਰਤ ਦਾ ਸਾਹਮਣਾ ਹੋਇਆ, ਪੌਲਸ ਨੇ ਪਿੱਛੇ ਮੁੜ ਕੇ ਕਿਹਾ, ਹੇ ਸ਼ੈਤਾਨ ਦੇ ਵਿੱਚੋਂ ਨਿਕਲ ਜਾ, ਉਹ ਸ਼ੈਤਾਨ ਉਸ ਔਰਤ ਨੂੰ ਛੱਡ ਕੇ ਚਲਾ ਗਿਆ, ਉਹਨਾਂ ਦਾ ਕੰਮ ਬੰਦ ਹੋ ਗਿਆ, ਉਹਨਾਂ ਨੇ ਪੌਲਸ ਅਤੇ ਸਿਲਾਸ ਦੇ ਖਿਲਾਫ ਉਸ ਸ਼ਹਿਰ ਵਿੱਚ ਬਲਵਾ ਖੜਾ ਕਰ ਦਿੱਤਾ, ਪੌਲਸ ਅਤੇ ਸਿਲਾਸ ਨੂੰ ਉਹਨਾਂ ਨੇ ਫੜ ਲਿਆ, ਬਹੁਤ ਸਾਰੇ ਲੋਕਾਂ ਨੇ ਪ੍ਰਭੂ ਦੇ ਦਾਸਾਂ ਦੇ ਉੱਤੇ ਹੱਥ ਉਠਾਇਆ, ਉਹਨਾਂ ਦੇ ਬੈਂਤਾਂ ਮਾਰਨ ਦਾ ਹੁਕਮ ਦਿੱਤਾ, ਔਰ ਉਹਨਾਂ ਦੇ ਉੱਤੇ
सख्ती की और फट के उन्होंने कैद विच ले गए। शहर दे विच मता पकाया कि ये लोग जे इस शहर विच प्रार्थना करते रहे ते प्रचार करते रहे। उन्हां दोनों नूं फड़ लिया और उन्हां दे उत्ते सख्ती की, उन्हां उत्ते हाथ उठाए, उन्हां नूं खिच के जेल विच पा दिता और उन्होंने मता पकाया कि कल इन्हां नूं शहर दे विचकार लिया के इन्हां नूं मार दिता जाए, एक काम खत्म कर दिता जाए। लोगों ने उन्होंने खिलाफ आवाज उठाई, परमेश्वर चुप रहा। लोगों ने उन्होंने उत्ते हाथ उठाया, परमेश्वर चुप रहा। लोगों ने उन्होंने प्रचार करने तो मना कर दिता, परमेश्वर देखदा रहा ते चुप रहा। लोगों ने उन्होंने कपड़े फाड़े, बेनतां मारियां, परमेश्वर चुप रहा ते देखदा रहा। उन्होंने खिंच के जेल खाने विच रह गए, परमेश्वर देखदा रहा पर चुप रहा। ये दोने दास जेल विच आ गए ने, जेल दे विच जेड़े उत्थे सिपाही सी, दरोगे सी, उन्होंने इन्हां दे पैर ते हाथ लकड़ी विच ठोक दिते, जिवें इन्ना चौड़ा कोई फट्टा होवे उहदे विचाले मोहरा सी उहदे पैर फसाता। दोने पैर काठ विच ठोक दिते, दोने हाथ हथकड़ियां ला दित्तियां। होर भी बहुत सारे कैदी उत्थे पए सी, परमेश्वर वेख रहा सी। हालेलुया। साडे उत्ते कुछ बीतदा है, साडे कोई खिलाफ खड़ा हुंदा है, इस प्रचार नूं बंद कराउण दी कोशिश अगर कोई करदा है जां साडी कोई बुराई करदा है, सानूं नुकसान पहुंचाउण दी, साडा नुकसान करन दी कोशिश कीती जांदी है, कुछ समां ही देखदा परमेश्वर बस ते की है इन्हां दे दिमाग च कुछ आ ही जावे ते हट जाण। इन्हां सेवकां दे नाल इदां हो रिहा सी, परमेश्वर वेख रिहा सी, पर हुण परमेश्वर ने ठान लिया कि ओह हुण जरूर कुछ करेगा। हालेलुया। बहुत मैं वेख लिया है, मेरे दासां ने बहुत सह लिया है, हुण मैं इन्हां दे वास्ते खड़ा होवांगा ते कुछ करांगा। परमेश्वर ने इस गल नूं ठान लिया। हाँ जी, पढ़ो वचन, पढ़ के सुनाओ इक बार। हाँ जी, उन्हां दे पैरां विच की ठोक दित्ता, बहुत परेशान है, बैंतां मारियां होईयां ने, कपड़े फटे पए ने, किसे ने थप्पड़ मारिया, किसे ने कुछ मारिया और बैंतां पईयां। बैंत समझ लो जो आप बोल सकते हैं, कुछ डंडा होगा, किन्ने लोगों ने मारिया होगा, जख्म हो गए और पीड़ा लगिया हुई ने और उन्होंने घसीट के कैद विच लै गए और पैरों विच लक्कड़ भी ठोक दी है और कैद खाने के अंदर ले हनेरे कमरे विच जाके सुट दिता है। और की किया उत्थे इन्हां सेवकां ने, शरीर विच दर्द ने, शरीर विच जख्म ने, कपड़े फटे हुए ने, हथकड़ियां लग गईयां, अंदर कमरे विच हनेरा है, दुख सता रहा है। उस शहर विच कोई होर जानदा नहीं, उत्थे इन्हां ने जाके पहली बारी प्रचार शुरू ही कीता सी, अजे होर शहर विच इन्हां नूं कोई जानदा नहीं, कोई उम्मीद नहीं भी कोई आके जमानत दे के जां साडी सिफारिश करके सानू छुड़ा के लै जावेगा, कोई उम्मीद भी नहीं। की कीता फिर जेल दे विच उत्थे रात नूं, की कीता फिर जेल विच ने रिपोर्ट दे विच, प्रार्थना करनी शुरू कर दिते, आराधना करनी शुरू कर दिते, भजन गाने शुरू कर दिते। हालेलुया। ए है परमेश्वर नाल प्यार सच्चा, जे तुसी ते मैं हुंदे करदे हैं उत्थे जेल विच लानतां पाणियां सी परमेश्वर नूं, प्रभु जदों मेरे बैंतां पै रहियां सी तूं किथे सी, ओ मैं तां तेरा ही कम कर रहा सी प्रभु, आपां किहड़ा उत्थे हीर रांझे दे गीत गा रहे सी प्रभु, जां मैं सस्सी पुन्नू दा किस्सा सुना रहा सी प्रभु, मैं तां तेरा ही प्रचार कर रहा सी प्रभु, तू अपना स्वर्गीय दूत भेज के मैनूं बचाया क्यों नहीं, जदों साडे कपड़े फाड़ रहे सी प्रभु तू उदों किथे सी।
ਸਾਨੂੰ ਕਸੀਟਾ ਚ ਆ ਰਿਹਾ ਸੀ ਪ੍ਰਭੂ ਤੂੰ ਉਦੋਂ ਕਿੱਥੇ ਸੀ? ਔਰ ਤੁਸੀਂ ਤਾਂ ਕਹਿੰਦੇ ਹੋ ਕਿ ਮੇਰੇ ਸਵਰਗੀ ਦੂਤ ਤੁਹਾਡੇ ਨਾਲ ਹੁੰਦੇ ਨੇ। ਜਦੋਂ ਸਾਡੇ ਪੈਰਾਂ ਵਿੱਚ ਕਾਠ ਲੱਕੜ ਠੋਕਿਆ ਜਾ ਰਿਹਾ ਸੀ, ਪ੍ਰਭੂ ਕਿੱਥੇ ਸੀ ਤੂੰ ਤੇ ਤੇਰੇ ਸਵਰਗ ਦੂਤ? ਅਸੀਂ ਨਹੀਂ ਕਰਦੇ ਇਹ ਰੱਬ ਦੀ ਸੇਵਾ ਜੋ ਸਾਡੀ ਰਾਖੀ ਨਹੀਂ ਕਰ ਸਕਦਾ। ਕੋਈ ਫਾਇਦਾ ਨਹੀਂ ਪ੍ਰਭੂ ਤੇਰੀ ਸੇਵਾ ਕਰਨ ਦਾ। 20 ਗੱਲਾਂ ਬੋਲਣੀਆਂ ਸੀ ਰਾਤ ਨੂੰ ਜੇਲ੍ਹ ਚ ਪ੍ਰਭੂ ਨੂੰ, ਕਿਵੇਂ ਸਹੀ ਕਹਿ ਰਹੇ ਤੇ ਸੁਪਨਾ ਸੀ ਇਹ ਜਿਹੜਾ ਚੰਗਾ ਸੀ, ਉਹ ਜਿਹੜਾ ਦਿਹਾੜੀ ਦੱਪਾ ਕਾਰੋਬਾਰ ਕਰਕੇ ਰੋਟੀ ਖਾ ਰਹੇ ਸੀ ਉਹ ਵਧੀਆ ਸੀ, ਸੁੱਖ ਚੈਨ ਤਾਂ ਸੀ। ਹੁਣ ਤਾਂ ਜਣਾ ਖਣਾ ਸਾਡੀ ਜਾਨ ਦਾ ਬੈਰੀ ਆ। ਇੰਨੀਆਂ ਗੱਲਾਂ ਬੋਲਦੇ ਆਪਾਂ, ਇਸ ਤੋਂ ਵੀ ਵੱਧ ਪਤਾ ਨਹੀਂ ਕੀ ਬੋਲਦੇ ਯਿਸੂ ਮਸੀਹ ਨੂੰ। ਇਹਦਾ ਮਤਲਬ ਜੇ ਸਾਡੇ ਨਾਲ ਸਾਰਾ ਕੁਛ ਚੰਗਾ ਚੰਗਾ ਹੋ ਜਾਵੇ ਫਿਰ ਤਾਂ ਯਿਸੂ ਮਸੀਹ ਮੇਰਾ ਪ੍ਰਭੂ ਹੈ। ਤੇ ਜਿੱਦਣ ਕਿਤੇ ਮਾੜੀ ਜਿਹੀ ਉਨੀਕੀ ਹੋ ਗਈ, ਅਲਾਹ ਪਾਸਟਰ ਨੂੰ ਫੋਨ ਯਾਰ ਤਾਂ ਉਹ ਤਾਂ ਡਿੰਗਾ ਮਾਰਦਾ ਸੀ, ਮੈਂ ਕਰ ਦੂ ਯਿਸੂ ਮਸੀਹ ਕਰ ਦੂ ਉਹ ਕਰ ਦੂ ਕੰਮ ਫੋਨ ਲਾ ਪਾਸਟਰ ਨੂੰ ਜਵਾਬ ਦੇ ਇਸ ਗੱਲ ਦਾ। ਹੁਣ ਤੇ ਫਿਰ ਦੁਬਾਰੇ ਆ ਗਈ ਥੋੜੀ ਬਿਮਾਰੀ, ਕਿਵੇਂ ਆ ਗਈ? ਪਾਸਟਰ ਤਾਂ ਕਹਿੰਦਾ ਸੀ ਮਾੜੀ ਜੀ ਗੱਲ ਹੋ ਜਾਏ ਨਾ ਕਿਤੇ ਬਸ ਮਤਲਬ ਸਾਡਾ ਪਿਆਰ ਕਿਸੇ ਹੱਦ ਤੱਕ ਮੈਂ ਵੇਖਦਾ ਹੈ ਸਵਾਰਥੀ ਹੈ। ਕੀ ਹੈ ਬੋਲੋ? ਅਸੀਂ ਆਪਣੇ ਸਵਾਰਥ ਵਾਸਤੇ ਪਿਆਰ ਕਰਦੇ ਹਾਂ ਯਿਸੂ ਮਸੀਹ ਨੂੰ। ਪ੍ਰਭੂ ਜੀ ਮੇਰਾ ਆਹ ਕੰਮ ਕਰ ਦੇ, ਪ੍ਰਭੂ ਜੀ ਮੈਂ ਯਿਸੂ ਦੇ ਨਾਮ ਵਿੱਚ ਦੁਆ ਕਰਦਾ ਪ੍ਰਭੂ, ਹਾਲੇਲੂਯਾ। ਪ੍ਰਭੂ ਜੀ ਮੇਰੇ ਬੱਚੇ ਅਫਸਰ ਬਣਨੇ ਚਾਹੀਦੇ, ਪ੍ਰਭੂ ਮੈਂ ਯਿਸੂ ਦੇ ਨਾਮ ਪ੍ਰਾਰਥਨਾ ਕਰਦਾ ਪ੍ਰਭੂ ਜੀ ਮੇਰਾ ਇਹ ਹੋ ਜੇ ਔਰ ਮੇਰੇ ਕਾ ਕੰਮ ਹੋ ਜੇ। ਇੱਕ ਬਹੁਤ ਵੱਡੀ ਲਿਸਟ ਸ਼ਾਮ ਨੂੰ ਸੌਣ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਪ੍ਰਭੂ ਨੂੰ ਦੇ ਦਿੰਦੇ ਹਾਂ, ਪ੍ਰਭੂ ਆਹ ਕੰਮ ਹੋਣੇ ਚਾਹੀਦੇ ਆ ਸਾਰੇ, ਯਿਸੂ ਦੇ ਨਾਮ ਵਿੱਚ ਮੰਗਦੇ ਹਾਂ ਆਮੇਨ। 6 ਮਹੀਨੇ ਦਾ ਕੰਮ ਤਾਂ ਮੇਰੇ ਪਾਸੇ ਹੁਣ 6 ਮਹੀਨੇ ਹੋ ਗਏ, ਮੈਂ ਗੱਲ ਵਾਸਤੇ ਪ੍ਰਾਰਥਨਾ ਕਰਦੀ ਸੀ ਕੰਮ ਹੀ ਨਹੀਂ ਹੋਇਆ ਮੇਰਾ। ਇਹ ਕੀ ਗੱਲ ਬਣੀ? ਤੁਸੀਂ ਕਹਿੰਦੇ ਸੀ ਵਰਤ ਰੱਖੋਗੇ, ਐਂ ਕਰੋਗੇ, ਉਹ ਕਰੋਗੇ ਤਾਂ ਕੰਮ ਹੋ ਜਾਣਾ। ਜੇ ਸਾਡੇ ਕੰਮ ਨਾ ਹੋਣ ਸਾਡਾ ਪਿਆਰ ਪਰਮੇਸ਼ਵਰ ਨਾਲ ਫਿੱਕਾ ਪੈ। ਇੱਕ ਵਾਰੀ ਸ਼ੈਤਾਨ ਦੁਆਰੇ ਕਿਹੜਾ ਕੀ ਮਾਰ ਗਿਆ ਪੈਰਾਂ ਤੇ ਲੋਟੇ ਟੇਰੀ ਕਿਹੜਾ ਫੇਰ ਆ ਗਿਆ ਨਾ, ਉਹ ਇਹ ਤਾਂ ਕੱਢਿਆ ਵੱਡਿਆ, ਹੁਣ ਇਹਦਾ ਤੇਰੀ ਟ੍ਰੇਨਿੰਗ ਵਾਸਤੇ ਰੱਖਿਆ ਹੈ, ਹੁਣ ਇਹਦੇ ਨਾਲ ਤਾਂ ਤਜਰਬਾ ਕਰਾ ਰਿਹਾ, ਤੇਰਾ ਲੋਕਾਂ ਚ ਕੀ ਦੱਸੀ ਨਾ ਬੋਲ ਕੇ। ਮੈਂ ਕਿਹਾ ਕਰਾਂ ਪ੍ਰਭੂ ਤੂੰ ਮੈਨੂੰ ਤੇਰੀ ਆਵਾਜ਼ ਸੁਣਾਈ ਦਿੰਦੀ ਹੈ, ਮੈਂ ਇਹਨੇ ਤੁਝੇ ਛੁਡਾ ਲਿਆ ਹੈ। ਤੇ ਪ੍ਰਭੂ ਸਾਹ ਤਾਂ ਫਿਰ ਮੈਨੂੰ ਉਹ ਵੀ ਉਹ ਦੁਸ਼ਟ ਆਤਮਾ ਦਿਖਦੇ ਹੈ, ਕਹਿੰਦਾ ਤੇਰੀ ਟ੍ਰੇਨਿੰਗ ਵਾਸਤੇ ਆ, ਤਜਰਬਾ ਕਰਾਉਂਦਾ ਤੇਰੇ ਨਾਲ, ਇਹਦਾ ਜਿੰਨਾ ਮੈਂ ਕਹੂੰ ਉਨਾ ਹੀ ਕਰੂੰ, ਉਸ ਤੋਂ ਵੱਧ ਨਹੀਂ ਕਰਨਾ, ਮੈਨੂੰ ਕੁਛ ਵੀ ਚਿੰਤਾ ਨਾ ਕਰ। ਹਾਲੇਲੂਯਾ। ਮੇਰੇ ਭੈਣੋ ਭਾਈਓ, ਇਸ ਗੱਲ ਤੋਂ ਅੱਜ ਪਿੱਛੇ ਹਟੋ, ਇਹ ਤੋਂ ਕਿ ਜੇ ਸਾਡੇ ਕੰਮ ਹੋ ਹੀ ਜਾਣ, ਸਾਡੀ ਜ਼ਿੰਦਗੀ 'ਚ ਚਮਤਕਾਰ ਹੋ ਹੀ ਜਾਣ, ਸਾਡੇ ਘਰ 'ਚ ਧਨ ਆ ਹੀ ਜਾਵੇ, ਸਾਡੀ ਤੰਦਰੁਸਤੀ ਵੱਧ ਹੀ ਜਾਵੇ, ਸਾਡਾ ਸਾਰਾ ਕੁਛ ਸਹੀ ਹੁੰਦਾ ਜਾਵੇ, ਫਿਰ ਤਾਂ ਕਰਾਂਗੇ ਪਰਮੇਸ਼ਵਰ ਨਾਲ ਪਿਆਰ ਜ਼ਰੂਰ, ਤੇ ਨਾਲੇ ਕਰਾਂਗੇ ਪ੍ਰਾਰਥਨਾ, ਤੇ ਨਾਲੇ ਜਾਇਆ ਕਰਾਂਗੇ ਐਤਵਾਰ ਨੂੰ ਸੰਗਤ ਤੇ। ਜੇ ਸਾਡਾ ਕੰਮ ਨਾ ਬਣਿਆ, ਜੇ ਸਾਨੂੰ ਬਰਕਤ ਨਾ ਮਿਲੀ, ਫਿਰ ਆਪਾਂ ਕੀ ਲੈਣਾ ਦੇਣਾ? ਛੱਡੋ ਭਰਾ, ਇਹ ਸਵਾਰਥੀ ਪਿਆਰ ਹੈ, ਏਦਾਂ ਦਾ ਪਿਆਰ ਪਿਆਰ ਨਹੀਂ ਹੈ। ਹੈਲੋ, ਯਿਸੂ ਮਸੀਹ ਨਾਲ ਮੇਰਾ ਪਿਆਰ ਇਸ ਗੱਲ ਤੇ ਹੈ, ਉਹ ਪਰਮੇਸ਼ਵਰ ਹੈ ਇੱਕ ਮਿੰਟ ਵਿੱਚ ਸਾਡੇ ਸਾਰੇ ਹਾਲਾਤਾਂ ਨੂੰ ਬਦਲਣ ਦੀ ਤਾਕਤ ਰੱਖਦਾ ਹੈ, ਇੱਕੋ ਹੀ ਮਿੰਟ ਵਿੱਚ। ਹੋ ਸਕਦਾ ਹੈ ਅੱਜ ਦੀ ਰਾਤ ਹੀ ਛੁਟਕਾਰੇ ਦੀ ਰਾਤ ਹੋਵੇ, ਤੇ ਜਿਹੜੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਾਂ ਅੱਜ ਰਾਤ ਜਵਾਬ ਦੇਵੇ ਪਰਮੇਸ਼ਵਰ ਉਹਨਾਂ ਗੱਲਾਂ ਦਾ, ਤੇ ਕੱਲ੍ਹ ਸਵੇਰੇ ਨਵਾਂ ਦਿਨ ਚੜ੍ਹੇਗਾ ਤੁਹਾਡੇ ਤੇ ਮੇਰੇ ਵਾਸਤੇ। ਹਾਲੇਲੂਯਾ। ਮੇਰਾ ਪਿਆਰ ਪਰਮੇਸ਼ਵਰ ਨਾਲ ਇਸ ਗੱਲ ਤੇ ਹੈ, ਹੇ ਪਰਮੇਸ਼ਵਰ ਮੈਨੂੰ ਬਰਕਤ ਮਿਲੇ ਜਾਂ ਨਾ ਮਿਲੇ, ਮੈਂ ਚੰਗਾ ਹੋਵਾਂ ਜਾਂ ਨਾ ਹੋਵਾਂ, ਮੈਂ ਤੈਨੂੰ ਪਿਆਰ ਕਰਦਾ ਰਹਾਂਗਾ। ਹਾਲੇਲੂਯਾ। ਮੈਂ ਤੈਨੂੰ, ਤੂੰ ਪਰਮੇਸ਼ਵਰ ਹੈ ਪ੍ਰਭੂ, ਤੂੰ ਦੁੱਖ ਦੇ ਵਿੱਚ ਵੀ ਮੇਰਾ ਪਰਮੇਸ਼ਵਰ ਹੈ, ਤੂੰ ਸੁੱਖ ਦੇ ਵਿੱਚ ਵੀ ਮੇਰਾ ਪਰਮੇਸ਼ਵਰ ਹੈ, ਜਿਵੇਂ ਕਿਸੇ ਕਿਤੇ ਜਾ ਕੇ ਜਿੱਤ ਜਾਵਾਂ ਤਾਂ ਵੀ ਤੂੰ ਮੇਰਾ ਪਰਮੇਸ਼ਵਰ ਹੈ, ਮੈਂ ਹਾਰ ਜਾ
पिता परमेश्वर है, मैं तो प्यार करता ये है सच्चा प्यार, कोई शर्त नहीं। एक सेठ ने बोलिया पास्टर सुरेश ने इस महीने के आखिरी ऐतवार एक प्रचार कर रहा अपने अपने बारो पास्टर सुरेश, उन्हें क्या पास्टर जी आशीष मिले या ना मिले खुदा के कदमों में पड़ा रहना ही अच्छा है। हालेलुया हालेलुया, चंगाई मिले या ना मिले, धन मिले या ना मिले, बरकत मिले या ना मिले, तरक्की मिले या ना मिले, खुदा के कदमों में पड़े रहना ही। दुख दी हालात दे विच, तंगी परेशानी गरीबी दी हालात दे विच, जे असीं धन्नवाद देवांगे और प्यार करांगे कई गुणा ज्यादा आशीषां दे हकदार हां। इहदा मतलब असीं अपने प्यार नूं साबित कीता है। हालेलुया, साडा प्यार प्रभु हर वे तेरे नाल, असीं तेरा आदर करते रहांगे। इत्थे पौलुस ते सिलास अंदरली हनेरी कोठड़ी विच पा दित्ते और ओह उत्थे बड़े दुख दे विच उत्थे उहनां ने प्रार्थना करनी शुरू कर दी, आराधना करनी शुरू कर दी, भजन गाने शुरू कर दिते और उत्थे होर भी जेल दे विच कैदी ने, बहुत सारे कैदी उत्थे पए ने, उन्हां कैदियां ने वेख्या सानू इत्थे 10-10 साल हो गए, सानू इत्थे 5 साल हो गए, कोई कह रहा मैनू 4 साल हो गए। सारे कैदी आपस विच गल्लां करन लगे, वो कहंदे सानू इत्थे इन्ने साल हो गए, अज तक इस जेल विच इहो जिहा कैदी नहीं वेख्या। इत्थे आके तां चंगे भले दे दीवे बुझ जांदे ने, इत्थे आके मूंह तों मक्खी नहीं उड़दी। ये पहले इहो जिहे कैदी 2 इत्थे आए ने जिहड़े भजन गाई जांदे ऐ। हालेलुया, जेल विच जाके किहड़ा भजन गाउंदा भाई, जदों बंदा जेल विच चला गया मूंह तों मक्खी नहीं उड़दी। उत्थे नाले जेल ओह चीज है बंदे नूं दसदी है ओह कि मैं जेल हां, सुक्का बेहा घटिया खाना और बंदे की शरीर की कैपैसिटी तो ज्यादा कम और ड्यूटियां और सारे परिवार से दुनिया तो दूर अंदर बंद छोटे जे दहले च रहना, जेल दसदी है बंदे नूं मैं जेल हां। और उन्हें कैदियों ने वेख्या ये 2 कहो जे कैदी आए ने, इन्हों के सट्टा वजिया, इन्हों के कपड़े फटे पए ने और इन्हों काठ विच ठोकता बेड़ियां बन दित्तियां, ये तो भजन गा रहे ने। उन्होंने सोचा इन्हों का रब कहो जा है, इन्हों का प्यार अपने परमेश्वर नाल कहो जा प्यार है, पर ये 2 कैदी कहो जे ने, इन्हें दुख दे विच इत्थे आया, पता चंगे भले आए सी, इन्हों के खून निकल रहा है पिंड विचों, ए फिर भी अपने परमेश्वर नाल की करते हैं प्यार और ओदी आराधना कर रहे हैं, भजन गा रहे हैं। कहो जा परमेश्वर है इन्हों का, कहो जा प्यार है इन्हों का, कहो जे बंदे है ये। और कैदी हैरान हो रहे सी, जदों मैं 22 साल किराए के मकाना च रहा, टुटे फुटे मकाना दे विच रहा, गरीबी देखी और सत्संग तो 22 साल तो चल ही रही सी, 12 साल तो मैं कर रहा उस तो पहला भी चल रही सी, ते लोग मेरे वाल वेखते सी कि किन्नी गरीबी च ये रह रहे हैं, टुटे मकाना दे विच रह रहे हैं, फिर भी यह परमेश्वर दी की करते हैं भजन बंदगी। मेरे भैनों भाईओ, हर हालात दे विच सानू प्रार्थना ते आराधना ते भजन बंदगी करनी, कि मैं सही कह रहा हां? कि मैं अज इत्थे सही तरीके नाल वचन बोल रहा हां? हालेलुया, हर हालात विच सानू परमेश्वर दा धन्नवाद करना। जदों आ जिहड़ा हुण खाली करके इत्थे आए हैं और जदों मीह आउंदा ते कलीसी वालिआं दे फोन आउंदे, पास्टर जी ठीक ठाक ही है सारा कुछ, क्योंकि पानी भर जांदा सी अंदर और मोहरी उत्थे आके बेचारा काम संभालदा और पुलिस वाले कुछ होर लोग भी आके सानू संभालदे, कमरे तक पानी आ जांदा ते 2 जने बेड़े च खड़ के बाल्टियां नाल पानी कढ के 2 जने गाह खिंचदे ते असीं उत्थे 12 साल तकरीबन 12 साल कट्टे और उत्तों कली झड़दी ते उत्तों लौर उठ खड़े उन्हां कमरिआं दे। और मैं धन्नवाद करदा परमेश्वर दा, मोहनी ने मन च पाया, मोहनी ने छत्तां संभालियां और मैं इक दिन प्रभु नूं इक गल की, प्रभु जो असीं पैंदे हां साडे उत्ते कली डिगदी है प्रभु, ओदां ही मैं कहा
ते मैनू एक आवाज सुनाई दिती, कली डिग्री है ना बीमारी तारी डिग्री उत्तों खुश रहो धन्यवाद करया कर। मैं कहा सॉरी प्रभु सॉरी सॉरी प्रभु सॉरी। मैं उदन फिर दोबारा बहुत ही धन्यवाद प्रभु का। कई बार सब्जी खाते कली सब्जी डिगी आती, तो सवेरे उठते उठते साड़ी कली डिगी होंगी। मैं अगर उन्होंने दो मुंडे से कह दिया एक दिन आके तुम बौकर न छत झाड़ दो, तो चल कुछ टाइम तक भी दोबारी झाड़ूगी फिर बौकर मार लेंगे। तो मैं बस प्रभु में उदे थोड़ा कहना प्रभु कली बड़ी डिगदी है उतो, क्या बीमारी तो नहीं डिगदी ना। मैं हाँ प्रभु ओके थैंक यू प्रभु, पर बीमारी ना डिगन नहीं बस कहीं कोई वाली कोई गल नहीं। उत्थे रह के असी खुश रहे, उत्थे रह के असी प्रभु का धन्यवाद किया। गरीबी विच रहे, बहुत तंगी परेशानी दे विच रहे, हमेशा प्रभु का धन्यवाद किया। परमेश्वर ने वेख लिया कि ए मेरे नाल सच्चा प्यार कर रहे है। हालेलुया। दुख दे हालात दे विच, बड़ी औखे हालात विच असी परमेश्वर का धन्यवाद किया। कलीसिया गवाह इस गल दी। हालेलुया। इतने बंदे बैठे जेडे इन्होंने हालात के गवाह ने साडे, और कई बार हार का सामना करना पिया उदों भी परमेश्वर का धन्यवाद किया। फिर परमेश्वर ने काफी लंबे समय तक सानू परख के आ सारे ठाठ बाट दिते। हालेलुया। करूंगा जरूर तुहाडे वास्ते। कई बार परमेश्वर परखन लग जाता, बस उदो टाइम लग जाता। बस मेरी गल याद रखियो जिंदगी च, यह हो नहीं सकता कि तुम बरकत ना मिले, यह हो नहीं सकता कि तुम बीमारी से चंगे ना किए जाओ, यह हो नहीं सकता कि वह इज्जत ना वधावे लोगों के पिंड के शहर च। परख के देख सकता है कि यदा प्यार स्वार्थी है जां सचमुच ही प्यार करना मेरा। हालेलुया। वो कैदी हैरान हो रहे हैं, असी जितने दे जेल विच आए हैं अपने देवी देवते का धन्यवाद नहीं किया, यह सातों भी माड़े हाल विच जेल च आए हैं, पर जितने दे आए धन्यवाद की आराधना कर रहे हैं। उस दिन रात को जब उन्होंने अंदर सुटिया गया। हालेलुया। कैदी होना नहीं, सारे कैदियों के कान खड़े हो गए। उत्थे बेड़ियां बनिया हुई सी कैदियों ने, कंध नाल बेड़ी बन के एक गुटन बनी हुई सी, ठीक है। और कैदी सुन रहे थे कि इन्ने साल हो गए, पहली बार आ जेल दे विच नज़ारा, पहली बार कि इत्थे कोई रब नूं याद कर रहा है, कोई महिमा कर रहा है, जेल विच आ गए तां भी महिमा कर रहे हैं। हालेलुया। किन्नी वधिया गल है, जे साडे सिर कर्जा ज्यादा हो गया तां ज्यादा धन्नवाद करो, जे समस्या ज्यादा है तो धन्नवाद ज्यादा करो, यीशु नाल प्यार ज्यादा करो। यह है बाइबल का सिद्धांत, यह है बाइबल के परमेश्वर का सिद्धांत। ओ सिद्धांतवादी परमेश्वर एक सिद्धांत में लेके चलता है और कहता है हर हालात विच मेरा धन्नवाद कर, मेरी महिमा कर। हालेलुया। हर हालात विच मैनू हस के दिखा, हर हालात विच खुश रह के दिखा मैनू। क्यों भला, उन्होंने पता है ये जिन्ना गल करके रो रहे हैं मेरा एक ही मिनट का कम है। हालेलुया। एक मिनट में सारे हालात बदलने की ताकत उस परमेश्वर यीशु मसीह ने। हालेलुया। और इतने वो जो भजनबंदगी कर रहे हैं आत्मा च हो गए और प्रभु दे विच लीन हो गए। हालेलुया। की होना शुरू हो गया, उत्थे एक भूचाल चलना शुरू हो गया, उत्थे एक जोरदार नेरी चलनी शुरू हो गई। उत्थों दे आस पास दे दरख्त बहुत झूम रहे सी, जोरदार हनेरी चलनी शुरू हो गई। उत्थों दी धरती विच कंपन होई, धरती कंबनी शुरू हो गई। जेल दे दरवाजे दे विचों आवाज आनी शुरू हो गई और ओ सारी जेल हिलन लग पई। अचानक एक अड्डा भूचाल आया, उस जेल दियां नीयां हिल गईयां, उस जेल दे सारे दरवाजे थाड़ थाड़ वजे, उन्हां दे जिंदे टुट गए, जेल दिए ओ सारे दरवाजे खुल के दीवारां नाल वजे, सारे कैदियां दियां बेड़ियां खुल गईयां। हालेलुया। दुख दे विच उस परेशानी दे विच कीती होई दो बंदियां दी आराधना दे नाल सारे कैदियां दियां बेड़ियां खुल गईयां।
हालेलुया जेड़े कैदी कंधा नाल बेड़ी पाके लाए पे सी ओ बेड़िया टूट के थले डिग पईया दो बंदियां दी आराधना प्रभु दे दो दासां दी आराधना उस दुख दे विच कीता होया धन्नवाद ओ दुख दे विच कीती होई आराधना ने जेल खाले नु हिला के रख दिता उचहाल आ गया दो बंदियां दी प्रार्थना दे नाल सारे कैदी आजाद हो गए हालेलुया असी बहुत दुख उठाया उस दुख दे विच उस परेशानी दे विच उस बीमारियां ते तंगी ते कर्जे दे विच ओ टुट्टे मकानां दे विच किराए ते रह के असी प्रार्थनावां कीतियां साडियां दो चार दियां प्रार्थनावां दे नाल तुसी सारे की हो गए आजाद दुख दे विच सोथों भी माड़ी हाल तुस प्रभु कोले आए और ओ दुख दे वेले आराधना प्रार्थना कीती साडे नाल सैकड़ों लोग भी आजाद हो गए हालेलुया पौलुस ते सिलास दुख दे विच आराधना कीती सारे जेल दे कैदी आजाद हो गए ऐदा बेड़ी बन के हथ ना पई बेड़ियां टुट के थले डिग पईयां और अति हो की होया जेल दियां नीयां हिल गईयां सारे दरवाजे खुल गए हालेलुया सुनिए और दरोगे ने देखा कि जेल हिल रही है सारे मेरे वाल ध्यान दो उस जेल के दरोगे का घर नेड़े सी क्वार्टर बना के दिता होना और उन्हें देखा जेल हिल रही है पर डिगदी नहीं हालेलुया ये नहीं पता भूचाल 4.6 की तीव्रता नाल आया सी जा 7.8 की तीव्रता नाल आके और बहुत सारे देश ने कि मकान जिवें ढह जांदे उवें होया पर जो भी होया प्रभु दे इशारे ते हो रहा सी जेल हिल रही सी लिखिया जेल दियां नीयां जेल में थलो मीत होना होगा सारा हिल उठो सारी जेल हिल रही सी पर डिगी नहीं और जेल दे दरोगे ने वेख्या ते जेल हिल रही है और भूचाल चल रहा है और दरवाजे खुले पए ने और बेड़ियां खुलियां वेखियां फिर उन्हें शहर वाल वेख्या शहर विच कोई कुछ हाल नहीं है शहर दा कोई दरख्त नहीं हिल रहा शहर दे विच शांति दिखाई दे रही है जेल हिल रही है शहर शांत है और नेकी थां दे विच भूचाल है हालेलुया जदों असीं प्रार्थना करदे आ जेड़े एरिए वास्ते प्रार्थना करदे आ प्रभु जी ए शहर वास्ते प्रार्थना करदे आ प्रार्थना उस शहर दे उत्ते असर पाउंदी है उस एरिए दे उत्ते असर पाउंदी है हालेलुया पौलुस ते सिलास शहर वास्ते दुआ नहीं कर रहे थे जेल दे विच दुआ कर रहे हैं प्रभु असीं तुहाडा धन्नवाद करदे आ असी लक्की हाँ प्रभु असी प्रभु बहुत खुश किस्मत हाँ प्रभु के तेरे खातर सानू दुख उठाना पिया तू सानू अपने वास्ते चुने बहुत धन्यवाद प्रभु ए साडा सुभाग है के तेरी खातर असी सताए गए प्रभु ए साडी चंगी किस्मत ए साडा सुभाग के तेरे खातर सानू दुख उठाने का मौका मिलिया हालेलुया अज कल तो उल्ट है कहते किस्मत ही माड़ी है यीशु नु मन के ता दुखी उठाना पै गया ए सेवक कह रहे है साडी किस्मत कितनी चंगी है असि यीशु वास्ते दुख उठाया हालेलुया तन्नो जेड़े यीशु वास्ते दुख उठांदे है आकाश दे तारे वांगू चमका दंदे है हालेलुया थैंक यू जीसस एक ताली यीशु के लिए पीछे पीछे बोलो प्रभु यीशु मैं तेनु दिलों सच्चा प्यार करना हाँ मैनू बरकत मिले ना मिले मैनू आशीष मिले ना मिले प्रभु जी मैं तेरे कदमों में चलांगा प्रभु यीशु जे लोड़ पई ता मैं तेरे लिए दुख उठाने वास्ते भी तैयार हाँ तू सच्चा परमेश्वर है तू साडे लिए ने दुख उठाए असि तुहाडा धन्नवाद करदे आं जे साडा कोई विरोध करेगा असि उहनां लई प्रार्थना करांगे असि प्रभु तेरा धन्नवाद करदे आं सानू कोई परवाह नहीं है प्रभु
जी सानू तुसी चाहिए हो प्रभु, दुख दे विच सुख दे विच हर हालात दे विच असी तुहाडा धन्नवाद करांगे, तुसी साडे प्रभु हो। आमीन, हालेलुया। ए है सच्चा प्यार, ए है सच्चा प्यार, हालेलुया। ओ जदो उस दरोगे ने उस भूचाल नू वेख्या, भूचाल सारे शहर विच नहीं आया, और दरोगा और दरोगा जेल दे विच भज के गया, और जो दरोगे ने जाके जेल दे विच वेख्या सारे कैदी बेड़िया तो आजाद होके बैठे हैं, और दरोगे ने सोचा वो दोने कैदी भज गए होने, और कल मैं की मुंह दिखाऊंगा, कल शहर विच उन्हां दी थां ते मेरा गला कट दिता जाएगा, मेरे बच्चे रुल जाएंगे, मैं की जवाब दवां। एक गल मैनू बचा सकदी सी, जे भूचाल सारे शहर विच आया हुंदा तां कोई मेरा यकीन मान लैंदा, आए कल्ली जेल च है, मैं की सबूत दऊंगा उन्हां नूं। हालेलुया, की मैं उन्होंने कहांगा जे भूचाल आ गया सी सर इस करके बेड़ियां खुल गया तो कैदी भज गए, तो कहेंगे झूठ बोल रहे हो, ऐ किवें हो जावे कल्ली जेल जेल की भूचाल आ गई, ए तू कह रहे झूठ बोल रहे हैं, तू सानू बेवकूफ बना रहे हैं। जो यीशु मसीह कम करता ना उदो लोग साड़िया गल्ला सुन के हैरान ही हो जाते, तो कहते कि तू मैं बेवकूफ तो नहीं बना रहे हैं, ऐ किवें हो सकता है, ऐ किवें हो रही है, सारा बंदा है किवें चंगा हो जाएगा, बेशक लोग सानू पागल कहन, परमेश्वर है जो साडा बहुत ही की करदा आदर, हालेलुया, एक है जो साडा बहुत ज्यादा आदर करदा, बेशक साडे परिवार के लोग साडा आदर ना करन, बेशक मेरा पति मेरा आदर ना करे, बेशक मेरी पत्नी मेरी गल ना समझे, बेशक मेरे बच्चे मेरी गल ना समझन, पर एक है जो मेनू बहुत चंगी तरह समझदा ते मेनू बहुत ज्यादा प्यार करदा, हालेलुया। और समावन ते ओ मेनू उठाएगा और मेनू बोलने दा मौका दिता जाएगा, हालेलुया। उस दरोगे कोले कोई प्रूफ नहीं है कि ओनी ओनी जिन्नी थां ते प्रार्थना दा असर रहा ओनी थां ते भूचाल आया। पेंटीकोस्टल दे विच ਆਪਾਂ ਹੁਣ ਪੈਂਟੀਕੋਸਟਲ ਮਸੀਹ ਹਾਂ, ਪੈਂਟੀਕੋਸਟਲ ਦੇ ਵਿੱਚ ਇੱਕ ਗੱਲ ਦੇ ਉੱਤੇ ਵਿਸ਼ਵਾਸ ਕੀਤਾ ਜਾਂਦਾ ਹੈ, ਜਦੋਂ ਲੋਕ ਆਰਾਧਨਾ ਅਸਥਾਨਾਂ ਤੇ ਆਉਂਦੇ, ਚਰਚਾਂ ਵਿੱਚ ਮੰਡਲੀਆਂ ਵਿੱਚ ਆਰਾਧਨਾ ਕਰਨ ਵਾਸਤੇ ਆਉਂਦੇ ਹੈ, ਅੱਗੇ ਬੈਠਣ ਦੀ ਕੋਸ਼ਿਸ਼ ਕਰਦੇ ਹੈ ਲੋਕ ਕਿ ਮੈਂ ਅੱਗੇ ਮੈਂ ਬੈਠੂ, ਪਹਿਲਾਂ ਮੂਹਰੇ ਮੈਂ ਬੈਠੂ, ਮੂਹਰੇ ਮੈਂ ਬੈਠੂ, ਕਿਉਂ? ਜਿੱਥੇ ਆਰਾਧਨਾ ਕਰਨ ਵਾਲੀ ਮੰਡਲੀ ਖੜੀ ਹੈ, ਜਿੱਥੇ ਸਟੇਜ ਲੱਗਿਆ ਹੈ, ਉਧਰ ਸੇ ਮਹਿਮਾ ਨਿਕਲਦੀ ਹੈ, ਹਾਲੇਲੂਯਾ, ਉਹ ਤੋਂ ਮਹਿਮਾ ਨਿਕਲਦੀ ਹੈ। ਮੇਰੀ ਗੱਲ ਸਮਝ ਰਹੇ? ਉਹ ਤਾਂ ਪਰਮੇਸ਼ਰ ਹੈ, ਪਿਛਲੇ ਨੂੰ ਵੀ ਛੂਗਾ ਤਾਂ ਸਾਰਾ, ਉਹ ਤਾਂ ਸਾਰਾ ਬਰਾਬਰ ਪਿਆਰ ਕਰਦਾ, ਪਰ ਲੋਕ ਅੱਗੇ ਆ ਕੇ ਬੈਠਣ 'ਚ ਵਿਸ਼ਵਾਸ ਕਰਦੇ ਹੈ, ਕਿਉਂਕਿ ਉਹ ਤੋਂ ਮਹਿਮਾ ਨਿਕਲਦੀ ਹੈ, ਹਾਲੇਲੂਯਾ। ਉੱਥੇ ਆਰਾਧਨਾ ਟੀਮ, ਉੱਥੇ ਆਰਾਧਨਾ ਹੋ ਰਹੀ ਹੈ, ਸੇਵਕ ਬੈਠੇ ਨੇ, ਪ੍ਰਭੂ ਦੀ ਹਜ਼ੂਰੀ ਛਾਈ ਹੋਈ ਹੈ, ਹਾਲੇਲੂਯਾ। ਉਸ ਜੇਲ ਦੇ ਵਿੱਚ ਇੱਕ ਭੂਚਾਲ, ਔਰ ਦਰੋਗੇ ਨੇ ਵੇਖਿਆ, ਉਹਨੇ ਕਿਹਾ ਇਸ ਤੋਂ ਬਿਹਤਰ ਤਾਂ ਕਿ ਕੱਲ ਮੈਂ ਸਾਰੇ ਸ਼ਹਿਰ ਦੇ ਵਿੱਚ ਆਵੇ, ਮੈਨੂੰ ਬਦਨਾਮ ਕਰਕੇ ਮਾਰਿਆ ਜਾਵੇ, ਕਿ ਇਹਨੇ ਪੈਸੇ ਲੈ ਕੇ ਕੈਦੀ ਛੱਡ ਦਿੱਤੇ ਹੋਏ, ਔਰ ਕੱਲ ਵਾਲੇ ਦੋ ਤਾਂ ਪੱਕਾ ਹੀ ਭੱਜ ਗਏ, ਇਸ ਕਰਕੇ ਉਹਨੇ ਸੋਚਿਆ, ਉਹਨੇ ਤਲਵਾਰ ਧੂਹੀ ਤੇ ਆਪਣੇ ਆਪ ਨੂੰ ਵੱਢਣ ਲੱਗਿਆ ਸੀ ਅੰਦਰੋਂ, ਔਰ ਉਸਨੇ ਆਵਾਜ਼ ਮਾਰੀ। ਹਾਂਜੀ ਪੜੋ ਕੀ ਹੋਇਆ, ਔਰ ਉਸਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਆਖਿਆ, ਉਹਨੇ ਆਖਿਆ, ਦਰੋਗਾ ਜੀ, ਹੇ ਜੇਲਰ, ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾਈ, ਆਪਣਾ ਗਲਾ ਨਾ ਵੱਢੀ, ਹਾਂ ਇੱਥੇ ਹੀ ਆ, ਹਾਲੇਲੂਯਾ। ਐਦਾਂ ਜਾਣ ਵਾਲੇ ਨਹੀਂ, ਐਦਾਂ ਜਾਣ ਵਾਲੇ ਨਹੀਂ, ਪੌਲਸ ਨੇ ਉਹਦੀ ਜਿੰਦ ਨੂੰ ਬਚਾ ਲਿਆ, ਹਾਲੇਲੂਯਾ। ਇੱਕ ਸੱਚੇ ਸੇਵਕ ਦੀ ਪਹਿਚਾਣ, ਆਪ ਦੁੱਖ ਵਿੱਚ ਹੈ, ਜਿਹੜੇ ਦਰੋਗੇ ਨੇ ਉਹਨਾਂ ਨੂੰ ਘਸੀਟ ਕੇ ਜੇਲ੍ਹ ਵਿੱਚ ਪਾਇਆ, ਪੈਰਾਂ ਵਿੱਚ ਕਾਠ ਠੋਕਿਆ, ਪਰ ਉਹਦਾ ਭਲਾ ਚਾਹੁੰਦੇ ਨੇ, ਆਪ ਦੁੱਖ ਵਿੱਚ ਹੈ, ਜਿਹੜੇ ਦਰੋਗੇ ਨੇ ਬੈਂਤਾਂ ਮਾਰੀਆਂ, ਪਰ ਉਹਦਾ ਭਲਾ ਚਾਹੁੰਦੇ ਹੈ,
एक सच्चे मसीही सच्चे सेवक की पहचान है। जिन्हें लोगों ने मेनू दुख पहुंचाया मैं उन्हें भला करूंगा, मैं उन्होंने प्रार्थना करूंगा। इन्हें तो पौलुस ने की सी वटन का अपने आप को आराम नाल चले जाते अगों और कह गए अपनी गर्दन ना वड असी इतने असं गए नहीं। और दरोगे नू तसल्ली होगी कि सब कुछ ठीक ही है। और दरोगा देख के हैरान सी और दरोगा अंदर उन्हें को गया पढ़ो बेटा के की होया और देखो की होया। जो उस दरोगे नू जेलर उस ऑफिसर नू पौलुस ने आवाज सुनाई दी और उसके मन नू तसल्ली हुई मेरे भैनो भाइयो परमेश्वर के बच्चे परमेश्वर के दास दासियो तुहाडी आवाज किसे नू शांति नाल पर सकती है, तुहाडी आवाज किसे दी जिंद बचा सकती है। उस ओदा दे हालातां विच तुहाडा बोलना किसे दे जीवन नू बचा सकदा है। अपना दुख भुला के दुखिया रोगियों वास्ते आवाज उठाओ परमेश्वर दे अगे। हालेलुया। अपना दुख भुल के अपनी परेशानी भुल के दूजे वास्ते आवाज उठाओ प्रभु इन्हां नू चंगा कर, हे परमेश्वर इन्हां नू शांति दे। और इन्हां नू कहो कि तुसी बचाए गए हो असीं तुहाडे लई प्रार्थना विच खड़े हां। अपना दुख नहीं दूजे दा दुख मेरे वास्ते दुख है। हालेलुया। ए सच्चे सेवक दी पहचान है, ए सच्चे दास दासियों दी पहचान है। हालेलुया। मैं एक घर दे विच पिछले हफ्ते प्रार्थना करने वास्ते गया। ओ बेचारे ओ साडा आदर मान कर रहे सी ते मैं उहनां दे घर दी कंडीशन देखी मैं कहना मैं रहिंदा था हाथ ऐसे ओ मैनूं तां दे दे मना मैं तो तुम्हें कर 10 रुपये दे बस खुदा वेख रहा सी। हालेलुया। मेरी परेशानी मेरा दुख मेरा है तुहाडा दुख मेरे सामने है। पौलुस ने आवाज उठाई अपने आप नू ना मार असी इत्थे आ। ओदे मन नू तसल्ली होई दीवे मंगाए दीवे चला के ओने जेल नू वेख्या सारे कैदी उत्थे बैठे ने पौलुस ते सिलास उत्थे बैठे ने। ओ कंबदा कंबदा ओनू पता लग गया दरोगे नू पता लग गया जेलर नू ए गल समझ विच आ गई ए दो जेड़े बंदे नवे आए है जिन्हां दे गौण दी आवाज मेरे क्वार्टर तक जा रही सी जिन्हां दी भजन बंदगी उस मेरे और बोस बाहर कमरे विच मेरे कन्नां विच पै रही सी ए उन्हां ने करके सब कुछ इत्थे होया है। कंबदा कंबदा गया जाके उन्हां दे पैरां विच डिग पिया। हालेलुया। ओही दरोग है जिहड़ा अपने बैंकां मार रहा सी इन्हां दे। हालेलुया। ते हुण कित्थे पिया बोलो कित्थे पिया हुण ओ परमेश्वर आउणा किने तुहाडा सिर नीवा कीता किने तुहानूं नीचा लिखाया किने तुहाडी बेइज्जती कीती किने तुहाडे उत्ते हत्थ उठाए ने किने तुहाडे नाल विश्वासघात कीता है किने तुहानूं धोखा दित्ता है किने तुहाडे पैसे दवाए ने। एक ओ वेखदा रहिंदा ते चुप रहिंदा एक टाइम आवेगा परमेश्वर उस गल नूं लैके खड़ा हो जाऊगा। हालेलुया। और ओही दरोगा ओना सेवकां दे कदमां विच पिया पैर फड़ लिया उन्हां दे हथ ने आपां 6 घंटे पहलां दी गल दिन सवेरे नूं लैके आए उदों बैंतां मार रहा सी उन्हां दे और उन्हां नूं उन्हां दे वास्ते गलत शब्द इस्तेमाल कीते जा रहे सी। तुसीं धर्म परिवर्तन करदे हो तुसीं पैसे दे के लोकां दा धर्म बदल रहे हो तुसीं लोकां नूं गुमराह कर रहे हो तुसीं साडे वालिआं दी बुराई कर रहे हो तुसीं गलत बंदे हो तुसीं इस शहर दे विच इस शहर दी शांति खराब करन वास्ते आए हो तुसीं इक नवां धर्म लैके आए हो तुसीं लोकां नूं गुमराह कर रहे हो। बहुत कुछ उहनां नूं बोलिआ जा रिहा सी और बेनतां मारिआं जा रहीआं सी ओही बंदे ओही जेलर। हालेलुया। और हुण ओही बंदा उहनां दे कदमां च पिआ है। इक दिन परमेश्वर ਤੁਹਾਡੇ ਵਿਰੋਧੀਆਂ ਨਾਲ ਜ਼ਰੂਰ ਗੱਲ ਕਰੇਗਾ ਜੇ ਤੁਸੀਂ ਵਿਸ਼ਵਾਸ ਵਿੱਚ ਖੜੇ ਰਹੇ ਔਰ ਪਰਮੇਸ਼ਵਰ ਨਾਲ ਪਿਆਰ ਕਰਦੇ ਰਹੇ। ਹਾਲੇਲੂਯਾ। ਔਰ
आज की हुआ कि अगे तो न्यानो जेड ओना दे प्यारा विचो लकड़ के खुली गयो दा ओ कम दा पवित्र आत्मा ने करी देता ओना दोनों नु बाहर ले आया हाथ जोड़ ले आए जेलर क्या ओना नु क्या हे महापुरखो हां की क्या जेलर ने बोलो हे महापुरखो द्वारे बोलो की क्या हे महापुरखो जेड़े तो अनु गलत पागल बेवकूफ कहंदे ने ओही लोग एक दिन तुहानू परमेश्वर दे दास परमेश्वर दे बच्चे दे महापुरख भी कहणगे इस गल दे पिछे परमेश्वर खड़ा है हालेलुया ओही जीव जो अज साडी की बुराई करदी है एक दिन ओही जीव तुहाडी बुराई करेगी परमेश्वर खड़ा है इस गल दे पिछे ओही जीव जो तुहाडे खिलाफ ਇਹ ਕੈਂਚੀ ਨੂੰ ਟੱਕ ਟੱਕ ਚੱਲਦੀ ਏ ਉਹੀ ਜੀ ਇੱਕ ਦਿਨ ਤੁਹਾਨੂੰ ਹੀ ਹੌਸਲਾ ਦੇਵੇਗੀ ਤੁਹਾਡੇ ਕਿਵੇਂ ਪੱਖ ਵਿੱਚ ਗੱਲਾਂ ਬੋਲੇਗੀ ਹਾਲੇਲੂਯਾ ਉਹੀ ਜੀ ਵੇ ਦਰੋਗੇ ਦੀ ਜੋ ਇੰਨਾ ਕੁਛ ਕਹਿ ਰਿਹਾ ਸੀ ਉਹੀ ਦਰੋਗਾ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੂੰ ਕੱਲ ਉਹ ਠੱਗ ਤੇ ਪਤਾ ਨਹੀਂ ਕੀ ਧਰਮ ਪਰਿਵਰਤਨ ਕਰਨ ਵਾਲੇ ਔਰ ਸ਼ਾਂਤੀ ਖਰਾਬ ਕਰਨ ਵਾਲੇ ਪਤਾ ਨਹੀਂ ਕੀ ਕਹਿ ਰਿਹਾ ਸੀ ਉਹੀ ਦਰੋਗਾ ਉਹਨਾਂ ਨੂੰ ਕਿ ਮਹਾਂਪੁਰਖ ਕਹਿ ਰਿਹਾ ਹੈ ਇਸ ਗੱਲ ਦੇ ਪਿੱਛੇ ਪਰਮੇਸ਼ਵਰ ਹੈ ਹਾਲੇਲੂਯਾ ਸਮਝ ਆਈ ਕਿ ਨਹੀਂ ਜਿਹੜੀਆਂ ਗੱਲਾਂ ਤੋਂ ਤੁਸੀਂ ਅੱਜ ਦੁਖੀ ਹੋ ਜੋ ਗੱਲਾਂ ਤੁਸੀਂ ਕਿਸੇ ਦੇ ਮੂੰਹੋਂ ਸੁਣਨਾ ਚਾਹੁੰਦੇ ਹੋ ਉਹ ਤੁਹਾਡੇ ਰਿਸ਼ਤੇਦਾਰ ਹੋਣ ਪਤੀ ਹੋਵੇ ਤੁਹਾਡੀ ਪਤਨੀ ਮਾਂ ਬਾਪ ਕੋਈ ਵੀ ਜੋ ਤੁਸੀਂ ਉਹਨਾਂ ਦੇ ਮੂੰਹੋਂ ਸੁਣਨਾ ਚਾਹੁੰਦੇ ਹੋ ਇੱਕ ਦਿਨ ਤੁਹਾਡੀ ਇੱਛਾ ਪਰਮੇਸ਼ਰ ਪੂਰੀ ਕਰੇਗਾ ਪ੍ਰਾਰਥਨਾ ਕਰੋ ਹਾਲੇਲੂਯਾ ਔਰ ਉਹ ਤੁਹਾਨੂੰ ਸਮਝ ਲੈਣਗੇ ਔਰ ਤੁਹਾਡੇ ਵਿੱਚ ਯਿਸੂ ਮਸੀਹ ਨੂੰ ਵੇਖ ਲੈਣਗੇ ਤੁਹਾਡੇ ਕਾਰਨ ਪਰਮੇਸ਼ਵਰ ਉਹਨਾਂ ਲੋਕਾਂ ਨੂੰ ਜ਼ਰੂਰ ਹਿਲਾਊਗਾ ਚਮਤਕਾਰ ਉਹਨਾਂ ਦੀ ਜ਼ਿੰਦਗੀ ਵਿੱਚ ਕਰੇਗਾ ਔਰ ਉਹਨਾਂ ਲੋਕਾਂ ਦੇ ਵੀ ਜੀਵਨ ਬਦਲ ਜਾਣਗੇ ਹਾਲੇਲੂਯਾ ਔਰ ਉਹਨਾਂ ਦੇ ਅੱਗੇ ਡਿੱਗ ਪਿਆ ਉਹਨਾਂ ਨੂੰ ਬਾਹਰ ਲੈ ਕੇ ਆਇਆ ਉਹਨੇ ਕਿਹਾ ਮਹਾਂਪੁਰਖੋ ਮੈਂ ਮੁਕਤੀ ਦੇ ਬਾਰੇ ਸੁਣਿਆ ਕਿ ਮਰਨ ਤੋਂ ਬਾਅਦ ਆਤਮਾ ਨਰਕ ਵਿੱਚ ਜਾਂਦੀ ਹੈ ਜਾਂ ਫਿਰ ਸਵਰਗ ਵਿੱਚ ਔਰ ਅਸੀਂ ਪਾਪ ਥੱਲੇ ਹਾਂ ਔਰ ਮੈਂ ਤੁਹਾਡੇ ਉੱਤੇ ਪਰਮੇਸ਼ਵਰ ਦੀ ਹਜ਼ੂਰੀ ਨੂੰ ਵੇਖਿਆ ਹੈ ਜ਼ਿੰਦਗੀ ਵਿੱਚ ਪਹਿਲੀ ਵਾਰੀ ਉਹ ਨਜ਼ਾਰਾ ਤੁਹਾਡੇ ਦੁਆਰਾ ਮੈਂ ਵੇਖਿਆ ਕਿ ਪ੍ਰਾਰਥਨਾਵਾਂ ਤੇ ਆਰਾਧਨਾ ਨਾਲ ਜੇਲ ਹਿੱਲੀ ਹੁਣ ਤੁਸੀਂ ਮੈਨੂੰ ਮੁਕਤੀ ਦਾ ਰਾਹ ਵੀ ਦੱਸੋ ਤਾਂ ਕਿ ਮਰਨ ਤੋਂ ਬਾਅਦ ਮੈਂ ਤੇ ਮੇਰੇ ਬੱਚੇ ਨਰਕ ਵਿੱਚ ਨਾ ਜਾਈਏ ਸਾਡੀ ਆਤਮਾ ਨਰਕ ਵਿੱਚ ਨਾ ਜਾਵੇ ਸਾਨੂੰ ਮੁਕਤੀ ਦਾ ਰਾਹ ਵੀ ਦੱਸੋ ਸਾਨੂੰ ਦੱਸੋ ਕਿ ਅਸੀਂ ਬਚਾਏ ਜਾਈਏ ਬੋਲੋ ਮੈਂ ਕੀ ਕਰਾਂ ਉਹਦੇ ਵਾਸਤੇ ਕਿ ਅਸੀਂ ਜਿਉਂਦੇ ਜੀਵੀ ਬਰਕਤ ਪਾਈਏ ਸ਼ਾਂਤੀ ਪਾਈਏ ਮਰਨ ਤੋਂ ਬਾਅਦ ਸਾਡੀ ਆਤਮਾ ਵੀ ਨਰਕ ਵਿੱਚ ਨਾ ਜਾਵੇ ਇਹਦੇ ਵਾਸਤੇ ਦੱਸੋ ਅਸੀਂ ਕੀ ਕਰੀਏ ਪੌਲਸ ਨੇ ਸਿਲਾਸ ਨੂੰ ਪੁੱਛਿਆ ਜੇਲਰ ਜੇਲ ਆਫਿਸ ਹਾਂ ਉਹਨਾਂ ਨੇ ਜੇਲਰ ਦੀ ਗੱਲ ਦਾ ਜਵਾਬ ਦਿੱਤਾ ਉਹਨੇ ਕਿਹਾ ਹੇ ਦਰੋਗਾ ਜੀ ਹੇ ਜੇਲ ਦੇ ਆਫਿਸਰ ਤੈਨੂੰ ਇੱਕ ਬਹੁਤ ਵਧੀਆ ਗੱਲ ਦੱਸ ਰਿਹਾ ਤੂੰ ਪ੍ਰਭੂ ਯਿਸੂ ਮਸੀਹ ਉੱਤੇ ਵਿਸ਼ਵਾਸ ਕਰ ਆਪਣੇ ਪਾਪਾਂ ਤੋਂ ਮਾਫੀ ਮੰਗ ਪਾਣੀ ਵਿੱਚ ਬਪਤਿਸਮਾ ਲੈ ਤੂੰ ਤੇ ਤੇਰਾ ਘਰਾਣਾ ਬਚਾਏ ਜਾਓਗੇ ਇਹ ਬੰਦਾ ਕੱਲ ਉਹਨਾਂ ਨੂੰ ਜ਼ਖਮ ਦੇ ਰਿਹਾ ਸੀ ਇੱਕ ਰਾਤ ਵੀ ਨਹੀਂ ਪਈ ਵਿੱਚ ਸਾਰੀ ਹਾਲੇਲੂਯਾ ਕੱਲ ਦੀ ਤਾਂ ਗੱਲ ਹੈ ਦਿਲਸ਼ਿਬੇ ਦੀ ਕੱਲ ਉਹਨਾਂ ਨੂੰ ਜ਼ਖਮ ਦੇ ਰਿਹਾ ਸੀ ਤੇ ਅੱਜ ਰਾਤ ਨੂੰ ਜ਼ਖਮ ਧੋਈ ਜਾਂਦਾ ਉਹਨਾਂ ਉਹੀ ਜੇਲਰ ਹਾਲੇਲੂਯਾ ਸਮਝ ਆਈ ਕਿ ਨਹੀਂ ਮੇਰੀ ਗੱਲ ਕਾਰਨ ਇਸ ਘਟਨਾ ਦੇ ਪਿੱਛੇ ਪਰਮੇਸ਼ਵਰ ਹੈ ਹਾਲੇਲੂਯਾ ਤੁਹਾਡੇ ਪਿੱਛੇ ਕੌਣ ਹੈ ਬੋਲੋ ਪਰਮੇਸ਼ਵਰ ਮੇਰੀ ਤੰਦਰੁਸਤੀ ਦੇ ਪਿੱਛੇ ਕੌਣ ਹੈ ਪਰਮੇਸ਼ਵਰ ਹਾਲੇਲੂਯਾ ਉਹੀ ਦਰੋਗਾ ਜਿਹਨੇ ਉਹਨਾਂ ਨੂੰ ਜ਼ਖਮ ਦਿੱਤੇ ਉਸੇ ਕੜੀ ਰਾਤ ਨੂੰ ਆਪਣੇ ਕੁਆਟਰ ਵਿੱਚ ਲੈ ਗਿਆ ਔਰ ਉਹਨਾਂ ਦੇ ਜ਼ਖਮ ਧੋ ਰਿਹਾ ਹੈ ਉਹਨਾਂ ਤੇ ਮੱਲਮ ਪੱਟੀ ਲਗਾ ਰਿਹਾ ਹੈ ਉਹਨਾਂ ਮੂਹਰੇ ਬਾਰੀ ਬਾਰੀ ਹੱਥ ਜੋੜ ਰਿਹਾ ਹੈ ਉਹਨਾਂ ਅੱਗੇ ਖਾਣਾ ਪਰੋਸਿਆ ਉਹਨਾਂ ਦੀ ਸੇਵਾ ਟਹਿਲ ਕੀਤੀ ਕਾਰਨ ਉਹਨਾਂ ਸੇਵਕਾਂ ਦੇ ਪਿੱਛੇ ਪਰਮੇਸ਼ਵਰ ਖੜਾ ਹੈ ਹਾਲੇਲੂਯਾ ਇੱਥੇ ਮੈਂ ਨਹੀਂ ਬੋਲ ਰਿਹਾ ਹੁਣ ਕੋਈ ਖੜਾ ਹੈ ਮੇਰੇ ਨਾਲ ਕੋਈ ਬੋਲ ਰਿਹਾ ਹੈ ਮੇਰੇ ਵਿੱਚੋਂ ਤੁਹਾਡੇ ਨਾਲ ਜੋ ਗੱਲ ਕਰ ਰਿਹਾ ਹੈ ਉਹੀ ਅੱਜ ਤੁਹਾਡੇ ਨਾਲ ਵੀ ਗੱਲ ਕਰ ਰਿਹਾ ਹੈ ਜਿਹੜੇ ਨੇ ਉਹਨੂੰ ਦਰੋਗੇ ਨਾਲ ਗੱਲ ਕੀਤੀ ਜਿਹੜਾ ਉਹ ਜੇਲ੍ਹ ਵਿੱਚ ਭੁਚਾਲ ਲੈ ਕੇ ਆਇਆ
जेड़े कारण कैदी आजाद किए गए, जेड़े कारण दरोगे दी अखां खोलियां गईयां, वो अज भी तुहाडे नाल गल कर रहा है। हालेलुया। एहो जी सिचुएशन, एहो जी परिस्थितियां, एहो जे हालात, कर्जे दे कारण, बीमारी दे कारण, कलेश दे कारण, कोर्ट केसां दे कारण, कारोबार बंद होण दे कारण, जे एहो जे हालात तुहाडे घरां दे विच अज ने, आराधना करो, ज्यादा धन्यवाद करो, ओ पुचार तुहाडे हालातां विच भी आउण वाला है, और तुसी आजाद कर दिते जाओगे, कर्जे दीआं बेड़ियां खोल दित्तियां जाणगीआं। हालेलुया। ओही आराधना करो, ओही धन्यवाद जिहड़ा ओ जिहड़ा उस टाइम सेवकां ने कीता, तुहाडीआं बेड़ियां खोल दित्तियां जाणगीआं, और बीमारी दीआं बेड़ियां और कर्जे दीआं बेड़ियां और समस्याओं दी बेड़ियां और कलेश दे बंधन खोल दिते जाणगे, तुसी उन्हां कैदियां दी तरह आजाद कर दिते जाओगे। हालेलुया। ओही परमेश्वर जिने ओदो उस जेल विच भूचाल लिया के कैदियां नूं आजाद कीता, ओही परमेश्वर है जो अज तुहाडे अपने सामने गल्लां कर रहा है। हालेलुया। हे मेरे भैणो भाईओ, मेरे आत्मिक बच्चो, दुख दे समय विच आराधना करके वेखो, हालात चाहे कहो जे भी होण, परिस्थितियां चाहे कहो जीआं भी होण, आराधना करो और खुश रहो, हिम्मत रखो और प्रभु दे होर नेड़े जाओ। ओ अज भी इक पुचाल लिया के हत्तरां दीआं बेड़ियां तुहाडे हत्थां विच खोलण वास्ते तैयार खड़ा है। हालेलुया। ओही दरोगा जो कल तक मार रहा सी, उन्हां दे कदम चुम रहा है, हाथ जोड़ जोड़ के कह रहे, महापुरखो मैनू दसो मैं की करा, मैं मुक्ति पाना चाहना, मैं बीमारियों तो छुटकारा चाहना, मैं शांति नाल जीना चाहना, मैं अपने बच्चों दे तरक्की देखना चाहना, सानू मुक्ति चाहिए, दसो मैं की करा। हालेलुया। सेवका ने ओनू प्रचार करके सुनाया, आराख्या यीशु मसीह उते विश्वास कर और बपतिस्मा ले ला, पानी विच बपतिस्मा लो ता तू अते तेरा घराना बचाए। बोलो बोलो, तू अते तेरा घराना बचाए जाओगे। हाँ जी, की और आखनो अगे अगे। और ओना ने जदों ओना प्रभु दे दासां तो वचन सुनिया और सेवका ने कहा, यीशु ते विश्वास कर, पापां दी माफी मंगो, पानी विच बपतिस्मा लो ता तू ते तेरा घराना बचाए, उस नरक दी अग तो बचाए जाओगे, तुहाडी आत्मा नरक विच नहीं जाएगी। और जिवें तुसी अपने पति पत्नी बच्चों नाल इस परिवार विच हुंदा तुसी रह रहे हो, मरण तो बाद भी ज्योंदे रहोगे उस परमेश्वर की हजूरी दे विच, इसे तरह ज्योंदे रहोगे, मरण तो बाद भी एक जीवन है, इस करके बपतिस्मा लेना जरूरी है। और दरोगे की गल समझ में आ गई, तो दरोगे ने यह नहीं किया कि तुसी जो हे महापुरखो जो तुसी कल चले जाओगे, मैं अपनी पत्नी नाल रह करूं, मैं अपने बच्चे नाल रह करूं, मैं अपने सस सहुरे नूं पुछूं, फिर सानूं रह करके दसांगे कि असी बपतिस्मा लेना कि नहीं लेना, ये नहीं कह दोगे। हेलो, और के महापुरखो मुक्ति चाहिए, मुक्त चाहिए, उद्धार चाहिए, बोलो की करा, उन्हें क्या बपतिस्मा लेना पौगा। उन्हें फिर मोड़ के नहीं किया कि कल तक रह करके दसांगे जां सानूं महीने का टाइम दिता जाए, उन्हें क्या नहीं, उन्हें क्या हे महापुरखो प्रभु दे दसो असी तैयार हाँ, सानू हुणे बपतिस्मा दिता जावे, आ देखो साडे घर दे नाल ही पानी बह रहा है, हुणे बपतिस्मा दिता जावे, इत्थे लिखिया है उन्हां ने दिन चढ़न दी भी इंतजार नहीं कीता। हालेलुया। दिन चढ़न दा भी इंतजार नहीं कीता, रात दी उसे घड़ी दुआरा पढ़ो इस गल नूं। और मैं परमेश्वर दे बहुत ज्यादा अभिषेक नूं इत्थे महसूस कर रहा, मैं बहुत परमेश्वर दी हजूरी नूं महसूस कर रहा इत्थे। यीशु दे नाम च बीमार चंगे हो रहे ने, एक बारी अपनी अखां बंद करो। हे महान परमेश्वर, जो रोगी लाचार बीमार बैठे ने प्रभु,
हे परमेश्वर तेरा ही अभिषेक तेरी यही अग जेड़ी इत्थे बह रही है प्रभु जिन मैं महसूस कर रहा प्रभु यही अग और इस भीड़ नु छू ले पिता इन्हां नु छू ले यीशु दे नाम दे विच इन्हां दी बीमारी इन्हां विचों निकल जावे हर एक दुष्ट आत्मा इन्हां विचों निकल जावे जब तू पूरे कीते कराए दस इन्हां विचों इस वेले यीशु दे नाम विच चल निकल छड्डे लो यीशु दे नाम विच आजाद हो जा कर्जे का बंधन ना तो टूट जावे इन्हां दे रुके कम बन जान प्रभु यीशु दे नाम बीमार चंगे हो रहे ने और देखो बीमारियां तुहानु छड के जा रही ने बीमारियां तुहानु छड के जा रही ने जादू टोना कीते कराए खराए पिलाए दा सरकार कुछ जी यीशु दे नाम इस तनु छड के जा रही है शैतान दी दुष्ट आत्मा तनु छड के जा रही है जिन्ना गंदी आत्मा ने तुहाडा कारोबार रोकया होया तुहाडी तरक्की रोकी होई है ओ तनु छड के जा रही है छड के जा रही है अंधेरे दी अंधकार दी आत्मा ना ओ तनु छड के जा रही है नबरानी को दाना बड़ी शिकावा ना बड़ी सारा कांजे ने बंद टूट रहे ने शरार तो अभी उतर टूट रहे ने और स्वर्ग तो अभी खुल गया है आश तो अभी तैयार ही है नहीं यीशु के नाम से बरकत तो अभी तैयार ही है छुटकारा तो अभी तैयार है सोरा बड़ी शिका बना बड़ी सीधा बना सबको बोला बड़ी सीधा बना दी कोई बोला बना थैंक यू जीसस हो सदा बोला बड़ी बना अन्य भाषा में ये पवित्र आत्मा का दान उतरे आवे इन्हें उतरे पवित्र आत्मा का दान उतरे आवे थैंक यू जीसस रिबाला बाला बोली सीधा बोलो रिकारा बाला बोली दिव्य रिबाला बाला बोलो बोली दिव्य दिव्य कोई ना लगता लगता ना लगा 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 सब लगा ना लगा ना लगा बोली सकता ना लगा शुभानी तो साथ में मनी करके जा रही है जा रही है शुभ नॉलेज तेरे प्रभु तेरे बच्चे अच्छे हो जाते हैं जा आमीन हालेलुया ਤੁਹਾਡੇ ਵਿੱਚੋਂ ਬਿਮਾਰ ਚੰਗੇ ਹੋ ਗਏ ਨੇ ਆਪਣਾ ਦਰਦ ਢੋ ਕੇ ਵੇਖੋ ਹਾਲੇਲੂਇਆ ਹਾਲੇਲੂਇਆ ਪ੍ਰਭੂ ਨੇ ਤੁਹਾਨੂੰ ਹੁਣੇ ਚੰਗਾ ਕੀਤਾ ਹੈ ਓ ਖੜੇ ਹੋ ਹਾਲੇਲੂਇਆ ਔਰ ਦੇਖੋ ਹੁਣੇ ਸਬੂਤ ਲਿਖਾਂਗੇ ਆਪਾਂ ਤੀਸਰਾ ਇਤਵਾਰ ਹੈ ਇਸ ਬੇਟੀ ਨੂੰ ਪਤਾ ਵੀ ਨਹੀਂ ਇਹਨੇ ਭਾਸ਼ਾ ਹੁੰਦੀ ਕੀ ਹੈ ਹਾਲੇਲੂਇਆ ਔਰ ਹੁਣੇ ਸਵਰਗੀ ਭਾਸ਼ਾ ਬੋਲ ਰਹੀ ਸੀ ਅੰਨੇ ਭਾਸ਼ਾ ਬੋਲ ਰਹੀ ਸੀ ਅੰਨੇ ਭਾਸ਼ਾ ਦਾ ਵਰਦਾਨ ਉਤਰਿਆ ਆਇਆ ਪ੍ਰਭੂ ਤੁਹਾਡਾ ਧੰਨਵਾਦ ਓਕੇ ਬੇਟਾ ਪ੍ਰਭੂ ਦਾ ਧੰਨਵਾਦ ਕਰੋ ਹੱਥ ਉਡਾ ਕੇ ਓ ਸ਼ੱਖਾ ਬਾਰਾ ਲਾ ਬਾਰੀ ਸ਼ੀਨਾ ਲਾ ਬਰਬਾ ਇਹਦੇ ਸ਼ਬਦ ਬਦਲ ਗਏ ਔਰ ਅੰਨੇ ਭਾਸ਼ਾ ਮੂੰਹ ਤੋਂ ਨਿਕਲਣੀ ਸ਼ੁਰੂ ਹੋ ਗਈ ਥੈਂਕ ਯੂ ਜੀਸਸ ਓਕੇ ਬੇਟਾ ਪ੍ਰਭੂ ਦਾ ਧੰਨਵਾਦ ਬੈਠ ਜਾਓ ਧੰਨਵਾਦ ਯਿਸੂ ਮਿਸਾ ਦਾ ਬਦਲ ਹੀ ਕੋਰਾ ਲਾ ਬਾਰੀ ਸ਼ਰਨਮਾ ਹਾਂਜੀ ਰਾਤ ਦੀ ਉਸੇ ਘੜੀ ਉਹਨੇ ਕਿਹਾ ਹੇ ਮਹਾਪੁਰਖੋ ਦੇਰੀ ਕਾ ਦੀਏ ਦੇਰੀ ਕਾ ਦੀਏ ਇਹ ਸਾਡੇ ਘਰ ਦੇ ਨਾਲ ਪਾਣੀ ਵਗ ਰਿਹਾ ਏ ਸਾਨੂੰ ਤਾਂ ਔਰ ਅਸੀਂ ਸਤ ਸਭਾਈ ਅਸੀਂ ਪ੍ਰਭੂ ਨੂੰ ਵੇਖ ਲਿਆ ਅਸੀਂ ਜਾਣ ਲਿਆ ਤੁਹਾਡੇ ਸੁਣਾਏ ਹੋਏ ਵਚਨ ਦੇ ਉੱਤੇ ਵਿਸ਼ਵਾਸ ਕਰਦੇ ਆ ਸਾਨੂੰ ਹੁਣੇ ਬਪਤਿਸਮਾ ਦਿੱਤਾ ਜਾਵੇ ਹਾਲੇਲੂਇਆ ਇਹ ਹੈ ਪਿਆਰ ਪ੍ਰਭੂ ਦੇ ਨਾਲ ਥੈਂਕ ਯੂ ਜੀਸਸ ਯਹੂਨਾ 14:21 ਵਿੱਚ ਲਿਖਿਆ ਯਿਸੂ ਮਸੀਹ ਨੇ ਆਖਿਆ ਪ੍ਰਭੂ ਯਿਸੂ ਮਸੀਹ ਨੇ ਆਖਿਆ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਹਾਲੇਲੂਇਆ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਔਰ ਜੋ ਕੋਈ ਮੈਨੂੰ ਯਿਸੂ ਮਸੀਹ ਨੇ ਆਖਿਆ ਜੋ ਕੋਈ ਮੈਨੂੰ ਆਪਣੀ ਪਤਨੀ ਆਪਣੇ ਬੱਚਿਆਂ ਤੋਂ ਆਪਣੇ ਪਤੀ ਤੋਂ ਆਪਣੇ ਮਾਂ ਬਾਪ ਤੋਂ ਵੱਧ ਪਿਆਰ ਮੈਨੂੰ ਨਾ ਕਰੇ ਉਹ ਮੇਰੇ ਯੋਗ ਨਹੀਂ ਯਿਸੂ ਮਸੀਹ ਨੇ ਆਖਿਆ ਮੇਰੇ ਭੈਣੋ ਭਾਈਓ ਅੱਜ ਤੋਂ ਤੁਹਾਡੀ ਤੇ ਮੇਰੀ ਜ਼ਿੰਦਗੀ ਦੇ ਵਿੱਚ ਮੇਰੀ ਜ਼ਿੰਦਗੀ ਦੇ ਵਿੱਚ ਤਾਂ ਹੈ ਹੀ ਅੱਜ ਤੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਕਿਸੇ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਹੋ ਤਾਂ ਉਹ ਯਿਸੂ ਮਸੀਹ ਹੋਣਾ ਚਾਹੀਦਾ ਹੈ ਆਪਣੀ ਪਤਨੀ ਤੋਂ ਵੀ ਜ਼ਿਆਦਾ ਪਿਆਰ ਆਪਣੇ ਪਤੀ ਤੋਂ ਵੀ ਜ਼ਿਆਦਾ ਆਪਣੇ ਬੱਚਿਆਂ ਤੋਂ ਮਾਂ ਬਾਪ ਤੋਂ ਵੀ ਵੱਧ ਕੇ ਪਿਆਰ ਅਸੀਂ ਉਸ ਪਰਮੇਸ਼ਵਰ ਯਿਸੂ ਨਾਲ ਕਰਨਾ ਹੈ ਜਿਹਨੇ ਸਾਡੇ ਪਾਪਾਂ ਲਈ ਆਪਣਾ ਲਹੂ ਬਹਾ ਦਿੱਤਾ ਜਿਹਨੇ ਸਾਡੀਆਂ ਬਿਮਾਰੀਆਂ ਲਈ ਕੰਡਿਆਂ ਦਾ ਤਾਜ ਪਵਾਇਆ ਕੋੜਿਆਂ ਦੀ ਮਾਰ ਖਾਧੀ ਜਿਹਨੇ ਸਾਡੇ ਵਾਸਤੇ ਸਲੀਬ ਤੇ ਆਪਣੀ ਜਾਨ ਦੇ ਕੇ ਸਾਨੂੰ ਬਚਾ ਲਿਆ ਮੁਰਦਿਆਂ ਵਿੱਚੋਂ
ਜਲਦੀ ਸਿਦਰ ਜੀ ਉੱਠਿਆ ਉਹ ਪਰਮੇਸ਼ਵਰ ਆਦਰ ਦੇ ਹੋਗੇ ਔਰ ਇੰਨੇ ਪਿਆਰ ਦੇ ਹੋਗੇ ਹਾਲੇਲੂਯਾ ਪੜੋ ਤੁਹਾਡਾ ਦੀ ਉਸੇ ਘੜੀ ਅਤੇ ਰਾਤ ਦੀ ਉਸੇ ਘੜੀ ਉਹਨਾਂ ਦੇ ਜ਼ਖਮ ਧੋਤੇ ਔਰ ਉਸਨੇ ਤੇ ਸਾਰੇ ਘਰਦਿਆਂ ਨੇ ਉਸੇ ਵੇਲੇ ਬਪਤਿਸਮਾ ਲਿਆ ਹਾਲੇਲੂਯਾ ਉਹਨੇ ਕਿਹਾ ਹੁਣ ਦੇਰ ਕਾਹਦੀ ਏ हे महापुरखो बेनती है आओ ते सानू बपतिस्मा देओ ते आज पोजीशन की है शैतान ने इतना क जाल फैला दिता इतने क शक इतने उल्ट पुल्ट गल्ला फैला दितिया ओ छेती छेती लोकां नू बपतिस्मे वास्ते तैयार नहीं होण दिंदा जे असी बपतिस्मा ले लिया साडे बच्चों के ब्याह किवें होणगे जे असी बपतिस्मा ले लिया लोग सानू की कहणगे साडा की बनूगा बहुत सारिया गल्लां मेरे भैणो भाईओ इन्हां गल्लां दा परमेश्वर अगे कोई मतलब नहीं जे ओ तुहानू बीमारी तो छुड़ा सकदा है जे ओ तुहानू दुष्ट आत्मावां तो छुड़ा सकदा है ਉਹ ਤੁਹਾਡੇ ਬੱਚਿਆਂ ਵਾਸਤੇ ਅੱਛੇ ਰਿਸ਼ਤੇ ਇੰਤਜ਼ਾਮ ਵੀ ਕਰ ਸਕਦਾ ਹੈ ਹਾਲੇਲੂਯਾ ਔਰ ਉਹ ਤੁਹਾਡੀ ਲੋਕ ਲਾਜ ਨੂੰ ਵੀ ਟੱਕ ਸਕਦਾ ਹੈ ਉਹਨੂੰ ਹਰ ਇੱਕ ਗੱਲ ਦਾ ਜਵਾਬ ਦੇਣਾ ਆਉਂਦਾ ਹੈ ਹਾਲੇਲੂਯਾ ਫਿਰ ਤੇਰੀ ਕਾਦੀ ਹੈ ਅੱਜ ਹੀ ਬਪਤਿਸਮਾ ਦਿੱਤਾ ਜਾਵੇ ਹਾਲੇਲੂਯਾ ਓਕੇ ਹਾਂਜੀ ਅਗਲਾ ਪੜੋ ਸੇਵਕਾਂ ਨੂੰ ਖਾਣਾ ਖਿਲਾਇਆ ਕੱਲ ਅਥਰੇ ਦਾ ਬੈਂਤਾ ਮਾਰ ਰਿਹਾ ਸੀ ਬੋਲਦੇ ਨਹੀਂ ਤਾਂ ਦਾ ਬੁਰਾਪਾ ਕਹਿ ਰਿਹਾ ਸੀ ਇਹ ਕੌਣ ਹੈ ਇਹ ਪਾਸਟਰ ਹੈ ਨਹੀਂ ਕੌਣ ਪਾਸਟਰ ਐਵੇਂ ਬੁਲਾ ਲੈਂਦੇ ਲੋਕਾਂ ਨੂੰ ਘਰੇ ਬਹੁਤ ਕੁਛ ਲੋਕ ਬੋਲਦੇ ਆ ਬਹੁਤ ਕੁਛ ਬੋਲਦੇ ਆ ਲੋਕ ਇਹ ਲੋਕਾਂ ਦਾ ਧਰਮ ਪਰਿਵਰਤਨ ਕਰਦੇ ਆ ਪੈਸੇ ਲੈ ਕੇ ਧਰਮ ਇਹ ਕਰਦੇ ਆ ਬਹੁਤ ਕੁਛ ਪਰਮੇਸ਼ਵਰ ਵੇਖਦਾ ਹੈ ਕੱਲ ਜਦੋਂ ਇਹਨਾਂ ਦੇ ਕੱਪੜੇ ਫਾੜੇ ਜਾ ਰਹੇ ਸੀ ਪਰਮੇਸ਼ਵਰ ਵੇਖ ਰਿਹਾ ਸੀ ਪਰ ਚੁੱਪ ਸੀ ਕੱਲ ਜਦੋਂ ਇਹਨਾਂ ਸੇਵਕਾਂ ਉੱਤੇ ਬੇਨਤਾਂ ਪੈ ਰਹੀਆਂ ਸੀ ਇਹਨਾਂ ਦੇ ਥੱਪੜ ਮਾਰੇ ਜਾ ਰਹੇ ਸੀ ਇਹਨਾਂ ਨੂੰ ਘਸੀਟਿਆ ਜਾ ਰਿਹਾ ਸੀ ਇਹਨਾਂ ਦੇ ਪੈਰਾਂ ਵਿੱਚ ਕਾਠ ਠੋਕਿਆ ਜਾ ਰਿਹਾ ਸੀ ਪਰਮੇਸ਼ਵਰ ਵੇਖ ਰਿਹਾ ਸੀ ਪਰ ਚੁੱਪ ਸੀ ਬੋਲਦੇ ਨਹੀਂ ਜ਼ਿਆਦਾ ਸਮਾਂ ਚੁੱਪ ਰਹਿਣ ਵਾਲਾ ਪਰਮੇਸ਼ਵਰ ਨਹੀਂ ਹੈ ਜ਼ਿਆਦਾ ਸਮਾਂ ਚੁੱਪ ਰਹਿਣ ਵਾਲਾ ਪਰਮੇਸ਼ਵਰ ਨਹੀਂ ਹੈ ਇੱਕ ਲੈਣ ਗਾ ਕੇ ਸੁਣਾ ਦੂੰਗੀ ਬੇਟਾ ਭਸਮੋ ਕਰਦਾ ਜਿਹੜਾ ਵਾਲਾ ਸਿਰੇ ਚੜਦਾ ਹੈ ਮੇਰੀਆਂ ਲੜਾਈਆਂ ਯਿਸੂ ਆਪ ਲੜਦਾ ਏ ਭਸਮ ਹੋ ਜਾਵੇ ਜਿਹੜਾ ਵਾਦਾ ਸਿਰ ਚੜਨਾ ਏ ਬੈਰੀਆਂ ਦੇ ਮੂੰਹਾਂ ਨੂੰ ਬੰਦ ਕਰਦਾ ਏ ਬੈਰੀਆਂ ਦੇ ਮੂੰਹਾਂ ਨੂੰ ਬੰਦ ਕਰਦਾ ਏ ਮੇਰੀਆਂ ਲੜਾਈਆਂ ਯਿਸੂ ਆਪ ਲੜਦਾ ਏ ਮੇਰੀਆਂ ਲੜਾਈਆਂ ਯਿਸੂ ਆਪ ਲੜਦਾ ਏ ਹਾਲੇਲੂਯਾ ਮੇਰੀਆਂ ਲੜਾਈਆਂ ਯਿਸੂ ਸੇਵਕਾਂ ਨਾਲ ਇੱਥੇ ਪੌਲਸ ਤੇ ਸਿਲਾਸ ਨਾਲ ਲੋਕ ਲੜ ਰਹੇ ਹੈ ਪਰ ਸੇਵਕ ਨਹੀਂ ਲੜ ਰਹੇ ਉਹ ਪ੍ਰਾਰਥਨਾ ਕਰ ਰਹੇ ਹੈ ਉਹਨਾਂ ਦੀ ਲੜਾਈ ਕੌਣ ਲੜ ਰਿਹਾ ਉਹਨਾਂ ਦੇ ਬੈਂਤਾਂ ਵਜੀਆਂ ਪ੍ਰਭੂ ਸਹਿ ਰਿਹਾ ਉਹਨਾਂ ਦੇ ਕੱਪੜੇ ਫਾੜੇ ਪ੍ਰਭੂ ਸਹਿ ਰਿਹਾ ਉਹਨਾਂ ਨੂੰ ਮੰਦਾ ਚੰਗਾ ਬੋਲਿਆ ਗਿਆ ਪ੍ਰਭੂ ਸਹਿ ਰਿਹਾ ਉਹਨਾਂ ਨੂੰ ਘਸੀਟਿਆ ਗਿਆ ਪ੍ਰਭੂ ਸਹਿ ਰਿਹਾ ਜੇਲ੍ਹ ਵਿੱਚ ਪਾਤਾ ਪ੍ਰਭੂ ਸਹਿ ਰਿਹਾ ਉਹਨਾਂ ਦੇ ਪੈਰ ਕਾਠ ਵਿੱਚ ਠੋਕ ਤੇ ਪ੍ਰਭੂ ਸਹਿ ਰਿਹਾ ਹੁਣ ਕੱਲ ਨੂੰ ਲਿਆ ਕੇ ਉਹਨਾਂ ਨੂੰ ਸ਼ਹਿਰ ਚ ਖੜਾ ਕਰਕੇ ਸਜ਼ਾ ਦਿੱਤੀ ਜਾਊਗੀ ਇਹ ਗੱਲ ਪਰਮੇਸ਼ਵਰ ਦੇ ਸਹਿਣ ਤੋਂ ਆ ਰਹੀ ਉਹਨੇ ਕਿਹਾ ਹੋਰ ਨਹੀਂ ਰਾਤ ਤੱਕ ਹੀ ਚੁੱਪ ਸੀ ਮੈਂ ਹਾਲੇਲੂਯਾ ਭਸਮ ਹੋ ਜਾਵੇ ਉਹ ਜਿਹੜਾ ਬਾਲਾ ਸਿਰੇ ਚੜਦਾ ਏ ਉਹ ਚਾਹੇ ਕੋਈ ਵੀ ਹੋਵੇ ਬਾਰੀ ਬਾਰੀ ਕੋਈ ਸਤਾਰਿਆ ਤੇ ਗੱਲ ਨੂੰ ਸਮਝ ਨਹੀਂ ਰਿਹਾ ਫਿਰ ਬਾਲੀ ਦੇਰ ਚ ਵੀ ਚੁੱਪ ਕਰਨ ਵਾਲਾ ਪਰਮੇਸ਼ਰ ਨੇ ਕਿਉਂਕਿ ਉਹ ਨਿਆਂਈ ਵੀ ਏ ਦਿਆਲੂਤਾ ਦੇ ਨਾਲ ਨਾਲ ਉਹਦਾ ਨਿਆਂ ਵੀ ਪ੍ਰਗਟ ਹੁੰਦਾ ਏ ਹਾਲੇਲੂਯਾ ਪਰ ਅਸੀਂ ਪ੍ਰਾਰਥਨਾ ਦਇਆ ਦੀ ਉਹੀ ਕਰਨੀ ਹੈ ਪ੍ਰਭੂ ਜੀ ਸਭਨਾਂ ਤੇ ਦਇਆ ਕਰੋ ਭਸਮ ਹੋ ਜਾਵੇ ਜਿਹੜਾ ਬਾਲਾ ਸਿਰੇ ਚੜਦਾ ਏ ਮੇਰੀਆਂ ਲੜਾਈਆਂ ਯਿਸੂ ਪੌਲਸ ਤੇ ਸਿਲਾਸ ਦੀ ਲੜਾਈ ਕਿਹਨੇ ਲੜੀ ਲੜਾਈ ਨੂੰ ਪਿਆਰ ਵਿੱਚ ਬਦਲ ਦਿੱਤਾ ਲੜਾਈ ਨੂੰ ਛੁਟਕਾਰੇ ਵਿੱਚ ਬਦਲ ਦਿੱਤਾ ਹਾਲੇਲੂਯਾ ਓ ਇੰਨਾ ਵੱਡਾ ਪਰਮੇਸ਼ਵਰ ਏ ਸਾਡੇ ਕਲੇਸ਼ ਨੂੰ ਸ਼ਾਂਤੀ ਤੇ ਸਮਝੌਤੇ ਵਿੱਚ ਬਦਲ ਸਕਦਾ ਏ ਸਾਡੀ ਲੜਾਈ ਨੂੰ ਰਜਾਮੰਦੀ ਵਿੱਚ ਬਦਲ ਸਕਦਾ ਏ
ਚਿੱਤ ਵਿੱਚ ਬਦਲ ਦਿੰਦਾ ਏ। ਇੱਕ ਬਹੁਤ ਵਧੀਆ ਸੈਂਟੈਂਸ ਮੇਰੇ ਯਾਦ ਆ ਰਿਹਾ, ਸੁਣੀਏ। ਅਸੀਂ ਕਈ ਵਾਰੀ ਜ਼ਿੰਦਗੀ 'ਚ ਕਈ ਥਾਂ ਤੇ ਹਾਰ ਵੀ ਜਾਂਦੇ ਆ, ਤਾਂ ਉਹ ਕੀ ਕਰਦਾ ਏ, ਉਹ ਪ੍ਰਭੂ ਯੇਸ਼ੂ ਕੀ ਕਰਦਾ ਏ, ਉਹ ਹਮਾਰੀ ਹਾਰ ਕੋ ਵੀ ਬਟੋਰ ਕੇ ਲਿਆਤਾ ਹੈ। ਹਾਲੇਲੂਯਾ, ਜ਼ੋਰਦਾਰ ਤਾਲੀ ਯੇਸ਼ੂ ਕੇ ਲਈ। वो हमारी हार को भी बटोर के ले आता है और साड़ी जिंदगी में कोई कमी नहीं छड़ता। ओ परमेश्वर, हो सकता है आज साड़ी जिंदगी में बीमारियां ना कुछ हाल चल रहा होवे, हो सकता है आज साड़ी जिंदगी में कर्जे ते गरीबी दा कुछ हाल चल रहा होवे ते काम बंद हो गए होन, हो सकता है साड़ी जिंदगी ਅੱਜ ਸੁੰਨਸਾਨ ਪਈ ਹੋਵੇ ਤੇ ਇੱਕ ਕਲੇ ਸਭ ਕੁਝ ਹਾਲ ਚੱਲ ਰਿਹਾ ਹੋਵੇ। ਜੇ ਤੁਸੀਂ ਪ੍ਰਾਰਥਨਾ ਤੇ ਆਰਾਧਨਾ ਵਿੱਚ ਲੱਗੇ ਰਹੇ, ਐਤਵਾਰ ਨੂੰ ਆ ਕੇ ਬੰਦਗੀ ਕਰਦੇ ਰਹੇ, ਤਾਂ ਇੱਕ ਹੋਰ ਭੁਚਾਲ ਆਉਣ ਵਾਲਾ ਹੈ ਤੁਹਾਡੇ ਇਹਨਾਂ ਭੁਚਾਲਾਂ ਦੇ ਵਿੱਚ। ਉਹ ਭੁਚਾਲ ਇਹਨਾਂ ਤੁਹਾਡੇ ਸਾਰੇ ਭੁਚਾਲਾਂ ਨੂੰ ਸ਼ਾਂਤ ਕਰ ਦੇਵੇਗਾ। ਉਹ ਪਵਿੱਤਰ ਆਤਮਾ ਦਾ ਭੁਚਾਲ ਆਉਣ ਵਾਲਾ ਹੈ। ਹਾਲੇਲੂਯਾ, ਜ਼ੋਰਦਾਰ ਤਾਲੀ ਯੇਸ਼ੂ ਕੇ ਲਈ। प्रभु दी गल क्यों ना मन्नी जावे, एहे जे इन्ने वड्डे एहे जे प्यारे परमेश्वर ਦਾ ਹੁਕਮ ਕਿਉਂ ਨਾ ਮੰਨਿਆ ਜਾਵੇ, ਇਹੋ ਜਿਹੇ ਪਿਆਰੇ ਪ੍ਰਭੂ ਦੇ ਕਹਿਣ ਤੇ ਫਿਰ ਕਿਉਂ ਨਾ ਬਪਤਿਸਮਾ ਲਿਆ ਜਾਵੇ, ਫਿਰ ਦੇਰੀ ਕਿਉਂ। ਹਾਲੇਲੂਯਾ, ਫਿਰ ਵਿਚਾਰ ਕਰਨਾ ਕੀ, ਫਿਰ ਰਹਿ ਕਰਨਾ ਕੀ, ਫਿਰ ਸੋਚਣਾ ਕੀ, ਪਰਮੇਸ਼ਰ ਨਾਲ ਇੰਨਾ ਪਿਆਰ, ਇਹੋ ਜਿਹੇ ਪਰਮੇਸ਼ਰ ਤੇ ਕਿਉਂ ਨਾ ਵਿਸ਼ਵਾਸ ਕੀਤਾ ਜਾਵੇ, ਜਿਹਨੇ ਸਾਡੇ ਲਈ ਆਪਣੀ ਜਾਨ ਦਿੱਤੀ, ਮੁਰਦਿਆਂ ਵਿੱਚੋਂ ਜਿਉਂਦਾ ਹੋਇਆ, ਸਾਡੇ ਲਈ ਕੋਲੇ ਖਾਦੇ ਲਹੂ ਬਹਾਇਆ, ਅੱਜ ਵੀ ਜਿਉਂਦਾ ਏ, ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਏ, ਇਹੋ ਜਿਹੇ ਪਰਮੇਸ਼ਰ ਨਾਲ ਕਿਉਂ ਨਾ ਪਿਆਰ ਕੀਤਾ ਜਾਵੇ, ਇਹੋ ਜਿਹੇ ਪਰਮੇਸ਼ਰ ਦਾ ਕਹਿਣਾ ਮੰਨ ਕੇ ਕਿਉਂ ਨਾ ਬਪਤਿਸਮਾ ਲਿਆ ਜਾਵੇ। ਅੱਜ ਬਹੁਤ ਸਾਰੇ ਭੈਣ ਭਾਈ ਬਪਤਿਸਮਾ ਲੈਣ ਵਾਸਤੇ ਆਏ ਨੇ, ਵਿਸ਼ਵਾਸ ਕਰਦਾ ਕਿ ਪ੍ਰਭੂ ਨੇ ਤੁਹਾਡੇ ਨਾਲ ਗੱਲ ਕੀਤੀ ਏ। ਜਿਹੜੇ ਅਜੇ ਨਹੀਂ ਲੈਣਾ ਚਾਹੁੰਦੇ ਸੀ, ਉਹ ਵੀ ਕਹਿਣਗੇ, ਆ ਭਾਈ ਤੇਰੇ ਕਿੰਨੇ ਕੱਪੜੇ ਦੇ ਯਾਰ, ਮੈਂ ਲੈ ਕੇ ਨਹੀਂ ਆਇਆ, ਮੈਂ ਵੀ ਅੱਜ ਹੀ ਲੈਣਾ। ਹਾਲੇਲੂਯਾ, ਇੱਕ ਜਜ਼ਬਾ ਪਰਮੇਸ਼ਰ ਦੇ ਵਾਸਤੇ ਕੁਝ ਕਰਨ ਗੁਜ਼ਰਨ ਦਾ। ਹਾਲੇਲੂਯਾ, ਇੱਕ ਜਜ਼ਬਾ ਕਿ ਮੈਂ ਪਰਮੇਸ਼ਰ ਦੇ ਵਾਸਤੇ ਕੁਝ ਕਰ ਗੁਜ਼ਰੂੰਗੀ, ਪਰਮੇਸ਼ਰ ਦੇ ਵਾਸਤੇ ਕੁਝ ਕਰ ਗੁਜ਼ਰੂੰਗਾ, ਮੈਂ ਕੁਝ ਕਰਨਾ ਚਾਹੁੰਦਾ ਪਰਮੇਸ਼ਰ ਦੇ ਵਾਸਤੇ। ਕਿਉਂ ਨਾ ਉਸ ਪ੍ਰਭੂ ਨੂੰ ਬਪਤਿਸਮਾ ਲੈ ਕੇ ਇੱਕ ਚੁੰਮਨ ਦਿੱਤਾ ਜਾਵੇ। ਹਾਲੇਲੂਯਾ, ਜਦੋਂ ਬਪਤਿਸਮਾ ਲੈ ਕੇ ਡਿੱਗੀ ਚੋਂ ਬਾਹਰ ਆਓ ਤੇ ਕਿਉਂ ਯਿਸੂ ਪਾਪਾ, ਹਾਲੇਲੂਯਾ, ਥੈਂਕ ਯੂ ਜੀਸਸ, ਜਦੋਂ ਤੁਸੀਂ ਉਹਦੇ ਵਚਨ ਨੂੰ ਸੁਣਦੇ ਹੋ, ਵਿਸ਼ਵਾਸ ਕਰਦੇ ਹੋ ਔਰ ਪਾਣੀ ਵਿੱਚ ਬਪਤਿਸਮਾ ਲੈਂਦੇ ਹੋ, ਜਦੋਂ ਪਾਣੀ ਦੀ ਡਿੱਗੀ ਤੋਂ ਬਪਤਿਸਮਾ ਲੈ ਕੇ ਬਾਹਰ ਆਉਂਦੇ ਹੋ ਪਾਣੀ ਚੋਂ ਔਰ ਤੁਹਾਡੇ ਕੱਪੜੇ ਪਿੱਛੇ ਹੋਏ ਹੁੰਦੇ ਨੇ, ਤਾਂ ਪਰਮੇਸ਼ਵਰ ਆਪ ਮੇ ਸੇ ਟਪਕਦਾ ਰਹਿਤਾ ਹੈ। ਹਾਲੇਲੂਯਾ, ਥੈਂਕ ਯੂ ਜੀਸਸ, ਉਹ ਤੁਹਾਡੇ ਕੱਪੜਿਆਂ ਚੋਂ ਤੁਪਕਾ ਤੁਪਕਾ, ਜਦ ਆਪ ਬਪਤਿਸਮਾ ਲੈ ਕੇ ਬਾਹਰ ਨਿਕਲਦੇ ਹੋ, ਪਰਮੇਸ਼ਵਰ ਆਪ ਮੇ ਸੇ ਟਪਕਣੇ ਲੱਗਦਾ ਹੈ। ਹਾਲੇਲੂਯਾ, ਇੰਨਾ ਪਿਆਰਾ ਪਰਮੇਸ਼ਵਰ, ਆਈਏ ਆਪਣੀਆਂ ਅੱਖਾਂ ਨੂੰ ਬੰਦ ਕਰੀਏ। ਥੈਂਕ ਯੂ ਜੀਸਸ, ਪਿਤਾ ਪਰਮੇਸ਼ਵਰ, ਮੈਂ ਤੁਹਾਡਾ ਧੰਨਵਾਦ ਕਰਦਾ ਪ੍ਰਭੂ, ਅੱਜ ਬਹੁਤ ਸਾਰੇ ਭੈਣ ਭਾਈ ਬਪਤਿਸਮਾ ਲੈਣ ਵਾਸਤੇ ਆਏ ਨੇ ਤੇ ਜਿਹੜੇ ਕੱਪੜੇ ਵੀ ਲੈ ਕੇ ਆਏ ਪ੍ਰਭੂ, ਉਹਨਾਂ ਤੇ ਵੀ ਦਇਆ ਕਰ ਪਰਮੇਸ਼ਵਰ, ਇਸ ਗੱਲ ਦਾ ਕੀ ਵਿਚਾਰ ਕਰਨਾ ਹੈ ਪ੍ਰਭੂ, ਕੀ ਰਹਿ ਪ੍ਰਭੂ ਜੀ, ਕੀ ਸੋਚ ਕੀ ਵਿਚਾਰ ਪ੍ਰਭੂ ਜੀ, ਤੁਸੀਂ ਇੰਨੇ ਵੱਡੇ ਪਰਮੇਸ਼ਵਰ ਜਿਹੜੇ ਸਾਨੂੰ ਇੰਨਾ ਪਿਆਰ ਕਰਦੇ ਹੋ, ਆਪਣੀ ਜਾਨ ਤੱਕ ਸਾਡੇ ਵਾਸਤੇ ਦਿੱਤੀ, ਤੇ ਪ੍ਰਭੂ ਤੁਸੀਂ ਸਾਨੂੰ ਕੋਈ ਗਲਤ ਰਹਿ ਥੋੜਾ ਹੀ ਦਿਓਗੇ ਪ੍ਰਭੂ, ਪਰ ਤੁਸੀਂ ਸਾਨੂੰ ਬਪਤਿਸਮੇ ਦੀ ਰਹਿ ਦੇ ਰਹੇ ਹੋ ਤਾਂ ਕਿ ਸਾਡੀ ਆਤਮਾ ਨਰਕ ਵਿੱਚ ਜਾਣ ਤੋਂ ਬਚ ਜਾਏ। ਓ ਹਾਲੇਲੂਯਾ, ਕਿੰਨੀ ਭਲੀ ਰਹਿ ਹੈ ਪ੍ਰਭੂ ਜੀ, ਇਹ ਤੁਹਾਡੀ ਰਹਿ ਸਿਰ ਮੱਥੇ ਪ੍ਰਭੂ, ਅੱਜ ਇਹਨਾਂ ਸਭਨਾਂ ਤੇ ਦਇਆ ਕਰੋ ਪਰਮੇਸ਼ਵਰ। ਓ ਹਾਲੇਲੂਯਾ, ਮੈਂ ਤੇਰੇ ਸਾਰੇ ਬੱਚਿਆਂ ਲਈ ਦੁਆ ਕਰਦਾ, ਇਹਨਾਂ ਦੀ ਜ਼ਿੰਦਗੀ ਵਿੱਚ
जो कई तरह के बीमारी समस्या गरीबियों के कुछ हाल चल रहे हैं तो प्रभु अच इन्हां दी जिंदगी विच ओ भूचाल भी आए जिहड़ा पौलुस अते सिलास दी प्रार्थना दे नाल और उस जेल दे विच आया सी ओ भूचाल इन्हां दी जिंदगी विच आ के इन्हां दे दूजे सारे भूचालां नूं खत्म कर देवे। ए मेरी दुआ है प्रभु दुआ तेरे बच्चे बपतिस्मा लैण तां तुहाडी हजूरी नाल पहचान प्रभु जी तां तुसीं इन्हां तों टपकदे रहे हो। हालेलुया शहद दिया बूंदा बन के हे परमेश्वर तुसी इन्हां दी जीव तो इन्हां दे सुभाव तो इन्हां दे चाल चलन तो टपक दे रहे हो। अज तो ही इन्हां ते दया कीती जावे अंधकार दी आत्मा मैनूं छड के चलिया जान अज ये तुहाडी हजूरी नाल भर जान पिता तुहाडी महिमा होवे। यीशु मसीह दे नाले विच प्रार्थना मंगदिया सुनो ते कबूल करो आमीन। हालेलुया जोरदार हालेलुया यीशु के नाम में ताली बजाइए। हालेलुया आई लव यू जीसस ओ महान परमेश्वर तेरा धन्यवाद।